ਹਮੇਸ਼ਾ ਟੀਵੀ ਵੇਖਣ ਸੁਣਨ ਵਾਲਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਨਾਜ਼ਰੀਨ, ਜਿਹੜਾ ਜਾਦੂ ਹੈ ਨਾ, ਜਦੋਂ ਸਿਰ ਚੜ੍ਹ ਕੇ ਬੋਲੇ ਅਤੇ ਉਸ ਜਾਦੂ ਨੂੰ ਜਿਹੜਾ ਦਰਸਾਉਣ ਵਾਲਾ ਆਪਣੀ ਕਲਾ ਦੇ ਜ਼ਰੀਏ, ਆਪਣੀ ਅਭਿਨੈ ਦੇ ਜ਼ਰੀਏ, ਉਹ ਦਰਅਸਲ ਅਸਲੀ ਕਲਾਕਾਰ ਹੁੰਦਾ ਹੈ। ਅਤੇ ਅਜਿਹਾ ਹੀ ਕਲਾਕਾਰ ਸਾਡੇ ਅੱਜ ਸਟੂਡੀਓ ਦੇ ਵਿੱਚ ਹਾਜ਼ਰ ਹੈ। ਔਰ ਜੇ ਮੈਂ ਉਸਦਾ ਨਾਂ ਲਵਾਂ ਤਾਂ ਆਪ ਮੁਹਾਰੇ ਤੁਹਾਡੇ ਬੁੱਲਾਂ ਦੇ ਉੱਪਰ ਜਿਹੜੀ ਮੁਸਕਾਨ ਆ ਜਾਏਗੀ। ਅਤੇ ਉਸ ਕਲਾਕਾਰ ਦਾ ਨਾਂ ਹੈ ਜੀ ਬੀਨੂ ਢਿੱਲੋਂ। ਔਰ ਬੀਨੂ ਢਿੱਲੋਂ ਦੀ ਕਲਾ ਦੀਆਂ ਜੀਵਨ ਦੀਆਂ ਵੱਖ ਵੱਖ ਪਰਤਾਂ ਹੈ। ਅੱਜ ਉਹਨਾਂ ਦੇ ਕੋਲ ਇਸ ਪ੍ਰੋਗਰਾਮ ਦੇ ਵਿੱਚ ਜਾਣਾਂਗੇ ਵੀ, ਕਿਉਂਕਿ ਇਸ ਪ੍ਰੋਗਰਾਮ ਵਿੱਚ ਮੈਨੂੰ ਨਹੀਂ ਲੱਗਦਾ ਕਿ ਬੀਨੂ ਢਿੱਲੋਂ ਬਾਰੇ ਬਹੁਤ ਵੱਡੀ ਭੂਮਿਕਾ ਬਣਨ ਦੀ ਲੋੜ ਹੈ। ਸੋ ਉਹਨਾਂ ਦੀਆਂ ਜਿਹੜੀਆਂ ਕੁਝ ਫਿਲਮਾਂ ਪਿਛਲੇ ਦਿਨਾਂ ਦੇ ਵਿੱਚ ਰਿਲੀਜ਼ ਹੋਈਆਂ, ਕਾਲਾ ਸ਼ਾਹ ਕਾਲਾ ਔਰ ਇੱਕ ਫਿਲਮ ਆ ਰਹੀ ਜੀ ਬੈਂਡ ਬਾਜਾ, ਅਤੇ ਉਹਦੇ ਬਾਰੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ। ਪਰ ਮੇਰੀ ਕੋਸ਼ਿਸ਼ ਇਹ ਵੀ ਹੋਏਗੀ ਕਿ ਬੀਨੂ ਢਿੱਲੋਂ ਨੇ ਆਪਣਾ ਕਰੀਅਰ ਜਿਹੜਾ ਉਹ ਭੰਗੜਾ ਕਲਾਕਾਰ ਤੋਂ ਸ਼ੁਰੂ ਕੀਤਾ, ਅਤੇ ਫਿਰ ਵਿਲਨ ਬਣੇ, ਫਿਰ ਕਾਮਿਕ ਵਿਲਨ ਬਣੇ, ਫਿਰ ਕਾਮੇਡੀਅਨ ਬਣੇ, ਅਤੇ ਫਿਰ ਐਜ਼ ਏ ਐਕਟਰ ਹੀਰੋ ਦੇ ਤੌਰ 'ਤੇ ਵੀ ਇਸਟੈਬਲਿਸ਼ ਹੋਏ। ਸੋ ਇਹਨਾਂ ਦੀਆਂ ਕਲਾ ਦੀਆਂ ਵਿਭਿੰਨ ਵਿਭਿੰਨ ਪਰਤਾਂ ਨੇ। ਸੋ ਜਿੱਥੇ ਅੱਜ ਬੈਂਡ ਵਾਜਾ ਜਿਹੜੀ ਇਹਨਾਂ ਦੀ ਫਿਲਮ ਨਵੀਂ ਆ ਰਹੀ, ਉਹਦੇ ਬਾਰੇ, ਉਹਨਾਂ ਦੀ ਪ੍ਰਮੋਸ਼ਨ ਬਾਰੇ ਗੱਲਬਾਤ ਹੋਏਗੀ, ਕਿਉਂਕਿ ਆਮ ਤੌਰ 'ਤੇ ਕਲਾਕਾਰ ਜਿਹੜਾ ਹੁੰਦਾ ਹੈ ਨਾ, ਜਦੋਂ ਮਹਿਬੂਬ ਕਲਾਕਾਰ ਹੁੰਦਾ ਹੈ ਤਾਂ ਅਸੀਂ ਸੋਚਦੇ ਹੁੰਦੇ ਹਾਂ ਕਿ ਵੀ ਇਹਦੀ ਅਸਲ ਜ਼ਿੰਦਗੀ ਜਿਹੜੀ ਹੈ ਉਹ ਪਰਦੇ ਦੇ ਪਿੱਛੇ ਕਿੱਦਾਂ ਦੀ ਹੋਏਗੀ। ਸੋ ਇਹਨਾਂ ਦੀਆਂ ਕਲਾ ਦੀਆਂ ਜਿਹੜੀਆਂ ਬਿਹਾਈਂਡ ਦੀ ਕੈਮਰਾ ਉਹ ਪਰਤਾਂ ਨੇ, ਉਹ ਵੀ ਇਹਨਾਂ ਕੋਲ ਜਾਣਾਂਗੀ। ਆਓ ਜੀ, ਜ਼ਿਆਦਾ ਸਮਾਂ ਨਹੀਂ ਲੈਂਦਾ ਅਤੇ ਬੀਨੂ ਢਿੱਲੋਂ ਹੋਣਾ ਦਾ ਆਪਾਂ ਸਵਾਗਤ ਕਰਦੇ ਹਾਂ। ਭਾਜੀ ਸਤਿ ਸ਼੍ਰੀ ਅਕਾਲ, ਤੁਹਾਡਾ ਇਸਤਕਬਾਲ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਅਤੇ ਪ੍ਰਾਈਮ ਏਸ਼ੀਆ ਦੇਖ ਰਹੇ ਸਾਰੇ ਭੈਣ ਭਰਾਵਾਂ, ਬਜ਼ੁਰਗਾਂ ਮਾਤਾਵਾਂ ਨੂੰ ਮੇਰੇ ਵੱਲੋਂ ਬਹੁਤ ਹੀ ਅਦਬ, ਸਤਿਕਾਰ ਅਤੇ ਪਿਆਰ ਦੇ ਨਾਲ ਸਤਿ ਸ਼੍ਰੀ ਅਕਾਲ ਹੈ ਜੀ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ। ਪਹਿਲਾਂ ਤਾਂ ਮੁਬਾਰਕਬਾਦ ਬਹੁਤ ਬਹੁਤ ਕਿ ਕਾਲਾ ਸ਼ਾਹ ਕਾਲਾ ਜਿਹੜੀ ਹੈ ਵੀ ਉਹ ਫਿਲਮ ਕਾਮਯਾਬ ਰਹੀ, ਅਤੇ ਉਹਦੇ ਵਿੱਚ ਜਿਹੜਾ ਤੁਹਾਡਾ ਕੈਰੈਕਟਰ ਸੀ, ਮਤਲਬ ਬਹੁਤ ਮਜ਼ਾ ਆਇਆ ਫਿਲਮ ਦੇਖ ਕੇ ਜੀ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਉਹ ਵਾਹਿਗੁਰੂ ਦੀ ਕਿਰਪਾ ਹੈ ਜੀ, ਸਾਰਿਆਂ ਨੇ ਇੰਨਾ ਪਿਆਰ, ਇੰਨਾ ਸਤਿਕਾਰ ਇਸ ਫਿਲਮ ਨੂੰ ਕਾਲਾ ਸ਼ਾਹ ਕਾਲਾ ਨੂੰ ਵਰਲਡਵਾਈਡ ਦਿੱਤਾ। ਜਿੱਥੇ ਵੀ ਸਾਡੇ ਭੈਣ ਭਰਾ, ਬਜ਼ੁਰਗ ਮਾਤਾਵਾਂ ਜਿੱਥੇ ਵੀ ਬੈਠੇ ਨੇ ਤਮਾਮ ਦੁਨੀਆ ਦੇ ਵਿੱਚ, ਉਹ ਸਾਰਿਆਂ ਨੇ ਸਿਨੇਮਾ ਘਰ ਭਰਤੇ ਜੀ। ਸੋ ਮੇਰਾ ਕਣ ਕਣ ਰੇੜੀਆਂ ਜੀ ਆਪ ਸਭ ਦੇ ਅੱਗੇ, ਅਤੇ ਇੱਦਾਂ ਹੀ ਆਪਦੀਆਂ ਬਲੈਸਿੰਗਸ, ਇੱਦਾਂ ਹੀ ਆਪਦੀਆਂ ਦੁਆਵਾਂ ਮੇਰੇ ਨਾਲ ਰੱਖਿਓ ਜੀ। ਬੈਂਡ ਵਾਜੇ ਦੀ ਆਪਾਂ ਗੱਲ ਕਰਨੀ, ਪਰ ਉਸ ਤੋਂ ਪਹਿਲਾਂ ਇੱਕ ਮੇਰਾ ਨਿੱਜੀ ਸਵਾਲ ਹੈ। ਨਿੱਜੀ ਸਵਾਲ ਇਹ ਆ ਕਿ ਫਿਲਮ ਜਿਹੜੀ ਹੈ ਨਾ, ਉਹਦੇ 'ਤੇ ਦੇਖੋ ਕਿੰਨੀ ਮਿਹਨਤ, ਲਗਨ, ਸਿਰੜ ਦੇ ਨਾਲ ਤਿਆਰ ਹੁੰਦੀ ਹੈ, ਅਤੇ ਨਾਲ ਹੀ ਤੁਹਾਡੀ ਦੂਸਰੀ ਫਿਲਮ ਆ ਗਈ, ਤੁਹਾਨੂੰ ਲੱਗਦਾ ਥੋੜ੍ਹਾ ਜਿਹਾ ਵਕਫਾ ਚਾਹੀਦਾ ਸੀ? ਨਹੀਂ ਜੀ, ਐਕਚੁਲੀ ਜਿਹੜਾ ਚਾਹੀਦਾ ਤਾਂ ਹੁੰਦਾ, ਵਕਫਾ ਤਾਂ ਜ਼ਰੂਰ ਚਾਹੀਦਾ ਹੁੰਦਾ ਆਪਣੀਆਂ ਇੱਕੋ ਫਿਲਮਾਂ ਦੇ ਵਿੱਚ, ਪਰ ਮੈਂ ਬਹੁਤ ਪਿੱਛੇ ਜੇ ਨਾ ਇੱਕ ਵਾਰੀ ਕਹਿਣ ਲੱਗ ਗਏ ਸੀ, ਕਹਿੰਦੇ ਤੂੰ ਤਾਂ ਆਲੂ ਹੀ ਬਣ ਗਿਆ, ਹਰੇਕ ਫਿਲਮ ਦੇ ਵਿੱਚ ਹੀ ਹੁੰਦਾ ਜੀ। ਜੀ ਜੀ। ਫਿਰ ਪਿਛਲੇ 3 ਸਾਲ ਦਾ ਰਿਕਾਰਡ ਕੱਢ ਕੇ ਦੇਖੋ ਤਾਂ ਮੈਂ 1 ਸਾਲ ਦੇ ਵਿੱਚ ਜਦੋਂ ਬੰਬੂ ਕਾਟਿੰਗਸ ਤਾਂ ਇੱਕੋ ਫਿਲਮ ਕੀਤੀ ਸੀ, ਉਸ ਤੋਂ ਬਾਅਦ ਜਦੋਂ ਚੰਨੂ ਆਈ ਸੀ ਉਦੋਂ ਮੇਰੇ ਖਿਆਲ 2 ਫਿਲਮਾਂ ਕੀਤੀਆਂ ਸਾਰੀਆਂ। ਪਿਛਲੇ ਸਾਲ ਦੇ ਵਿੱਚ ਵੀ ਮੈਂ ਟੋਟਲ 2 ਫਿਲਮਾਂ ਕੀਤੀਆਂ ਜੀ। ਤਾਂ ਹੁਣ ਆ ਕੇ ਹਾਂ, ਕਿਉਂਕਿ ਜਿਹੜੀ ਪੰਜਾਬੀ ਫਿਲਮ ਇੰਡਸਟਰੀ ਹੈ ਨਾ, ਪੂਰੀ ਨੁਹਾਰ ਦੇ ਉੱਤੇ ਹੈ ਜੀ ਇਸ ਵੇਲੇ, ਪੂਰਾ ਸੁਨਹਿਰੀ ਯੁੱਗ ਚੱਲ ਰਿਹਾ ਪੰਜਾਬੀ ਫਿਲਮ ਇੰਡਸਟਰੀ ਦੇ ਉੱਤੇ, ਤਾਂ ਮੇਰੇ ਖਿਆਲ 'ਚ 90-95 ਫਿਲਮਾਂ ਬਣੀਆਂ ਪਈਆਂ ਨੇ ਜੀ ਇਸ ਸਾਲ ਦੇ ਵਿੱਚ ਲੱਗਣ ਵਾਸਤੇ। ਠੀਕ ਹੈ। ਤਾਂ ਕੋਈ ਫਰਾਈਡੇ ਨਹੀਂ ਮਿਲਦਾ ਹੈ ਨਾ ਜੀ, ਹਰ ਫਰਾਈਡੇ ਸਾਡੀਆਂ ਫਿਲਮਾਂ, ਕਿਉਂਕਿ 52 ਫਰਾਈਡੇ ਨੇ ਹੈ ਨਾ ਜੀ, 52 ਦੇ ਵਿੱਚੋਂ 40 ਕੁ ਦੇ ਵਿੱਚ ਫਿਲਮਾਂ ਲੱਗਦੀਆਂ ਨੇ, 40 ਦੇ ਵਿੱਚੋਂ ਅਸੀਂ ਡਰ ਡੁਰ ਕੇ ਜਿੱਥੇ ਹਿੰਦੀ ਵਾਲੇ ਆ ਜਾਂਦੇ ਨੇ, ਸਲਮਾਨ ਖਾਨ ਸਾਹਿਬ ਆ ਜਾਂਦੇ ਨੇ, ਫਲਾਣਾ 10-12 ਉਹਨਾਂ ਨੂੰ ਛੱਡ ਦਿੰਦੇ, ਤਾਂ 30 ਕੁ ਰਹਿ ਗਏ ਹਫ਼ਤੇ। ਠੀਕ ਹੈ। 30 ਹਫ਼ਤਿਆਂ ਵਿੱਚ ਫਿਰ 3-3 ਇੱਕ ਵਾਰੀ ਲੱਗਣੀਆਂ ਨੇ, ਇੱਕ ਫਰਾਈਡੇ ਨੂੰ ਜੀ। ਠੀਕ ਹੈ। ਤਾਂ ਮੈਂ ਤਾਂ ਬੜਾ ਸੁਭਾਗਾ ਸਮਝਦਾ ਵੀ ਮੈਨੂੰ ਫਰਾਈਡੇ ਖਾਲੀ ਮਿਲ ਗਿਆ ਜੀ, ਇਹ ਜਿਹੜਾ ਹੁਣ ਆਉਣਾ, ਅਤੇ ਆਪ ਸਭ ਦਾ ਪਿਆਰ ਹੈ ਜੀ। ਸੋ ਆਪਾਂ ਸਾਰਿਆਂ ਨੂੰ ਐਡਜਸਟਮੈਂਟ ਹੀ ਕਰਨੀਆਂ ਪੈਣੀਆਂ ਨੇ, ਕਿਉਂਕਿ ਇੱਕ ਦੂਜੇ ਨਾਲ ਸਾਰੇ ਭੈਣ ਭਰਾ ਹੈਗੇ ਨੇ, ਸਾਰੇ ਪੰਜਾਬੀ ਇੰਡਸਟਰੀ ਨਾਲ ਜਿੰਨੇ ਵੀ ਬਿਲੋਂਗ ਕਰਦੇ ਨੇ, ਛੋਟੀ ਜਿਹੀ ਫੈਮਿਲੀ ਹੈ, ਤਾਂ ਇੱਕ ਦੂਜੇ ਨੂੰ ਦੱਸ ਕੇ ਫਿਲਮ ਲਾਉਂਦੇ ਹੁੰਦੇ ਨੇ ਵੀ ਫਰਾਈਡੇ ਯਾਰ ਇੱਕ ਦੂਜੇ ਦੇ ਨਾਲ ਆਈਏ, ਕਿਉਂ ਫਿਲਮਾਂ ਭਿੜਨ ਨਾ ਆਪਣੀਆਂ। ਠੀਕ ਹੈ। ਤਾਂ ਉਸ ਦੇ ਵਿੱਚ ਜੀ ਮੈਨੂੰ ਆਹ ਫਰਾਈਡੇ ਮੇਰੇ ਨਾਲ ਪਹਿਲਾਂ ਦਾ ਅਸੀਂ ਪੋਸਟ ਪਾਈ ਹੋਈ ਸੀ ਜਾਂ ਸਾਰਿਆਂ ਨੇ ਮਿਲ ਕੇ ਇਹ ਲਾਈ ਹੋਈ ਸੀ ਵੀ ਇੱਕ ਫਿਲਮ ਅਸੀਂ ਉਦੋਂ ਲਾਵਾਂਗੇ ਜੀ। ਤਾਂ 15 ਮਾਰਚ ਸਾਡੀ ਇਹ ਫਿਲਮ ਆ ਰਹੀ ਹੈ ਜੀ ਬੈਂਡ ਬਾਜੇ ਜੀ। ਆਮ ਤੌਰ 'ਤੇ ਸਵਾਲ ਨਾ ਇੰਟਰਵਿਊ ਦੇ ਵਿੱਚ ਵਾਰ ਵਾਰ ਪੁੱਛਿਆ ਜਾਂਦਾ ਜਦੋਂ ਫਿਲਮ ਆਉਂਦੀ ਹੈ ਨਾ, ਕਿ ਵੀ ਇਸ ਫਿਲਮ 'ਚ ਨਵਾਂ ਕੀ ਹੈ। ਸੋ ਮੈਂ ਵੀ ਇਹ ਸਵਾਲ ਤੁਹਾਡੇ ਕੋਲ ਪੁੱਛਦਾ, ਇਸ ਫਿਲਮ 'ਚ ਕੀ ਵੱਖਰਾ ਨਵਾਂ ਹੈ? ਫਿਲਮ ਦੇ ਵਿੱਚ ਇੱਕ ਜਿਹੜੀ ਮੈਂ ਫਿਲਮ ਚੂਜ਼ ਵੀ ਕਰਦਾ ਹੁੰਦਾ ਨਾ ਸੰਧੂ ਸਾਹਿਬ ਜੀ, ਉਹਦੀ ਸਕ੍ਰਿਪਟ ਵੱਖਰੀ ਹੈ ਜੀ। ਠੀਕ ਹੈ। ਕਿਉਂਕਿ ਜਿਵੇਂ ਨਹੀਂ ਤਾਂ ਤੁਸੀਂ ਸੇਮ ਹੀ ਦੇਖੀ ਜਾਓਗੇ, ਉਹੀ ਹੀਰੋ ਹੁੰਦਾ, ਉਹੀ ਹੀਰੋਇਨਾਂ ਹੁੰਦੀਆਂ ਨੇ, ਉਹੀ ਜਿਹੜੇ ਕਰੈਕਟਰ ਆਰਟਿਸਟ ਨੇ ਸੇਮ ਹੀ ਹੁੰਦੇ ਨੇ ਜੀ। ਮੈਂ ਫਿਲਮ ਦੀ ਚੋਣ ਵੀ ਇਸ ਚੀਜ਼ ਨੂੰ ਦੇਖ ਕੇ ਕਰਦਾ ਹੁੰਦਾ ਵੀ ਫਿਲਮ ਦੀ ਜਿਹੜੀ ਸਕ੍ਰਿਪਟ ਹੈ ਉਹੀ ਹੀਰੋ ਹੋਵੇ ਜੀ, ਤੇ ਜਿਹੜੀ ਫਿਲਮ ਦੀ ਸਕ੍ਰਿਪਟ ਹੀਰੋ ਹੁੰਦੀ ਹੈ ਬਹੁਤ ਜ਼ਿਆਦਾ ਵਧੀਆ ਉਹ ਬੁਣੀ ਹੁੰਦੀ ਹੈ ਫਿਲਮ, ਤਾਂ ਤੁਹਾਨੂੰ ਉਹ ਪਸੰਦ ਵੀ ਆਉਂਦੀ ਹੈ। ਨਹੀਂ ਤਾਂ ਹਰੇਕ ਹੀਰੋ ਦੀ ਹਰੇਕ ਫਿਲਮਾਂ ਚੱਲਣ ਹੈ ਨਾ ਜੀ, ਤੁਸੀਂ ਦੇਖਦੇ ਹੋ ਨਾ ਨਹੀਂ ਉਹਦੀ ਉਹ ਫਿਲਮ ਮਾੜੀ ਸੀਗੀ, ਉਹ ਤਾਂ ਐਕਟਿੰਗ ਤਾਂ ਉਹਨੇ ਉਹ 'ਚ ਵੀ ਵਧੀਆ ਕੀਤੀ। ਠੀਕ ਹੈ। ਪਰ ਜਿਹਦੀ ਸਕ੍ਰਿਪਟ, ਜਿਹਦੀ ਸਟੋਰੀ ਬਹੁਤ ਜ਼ਿਆਦਾ ਵਧੀਆ ਹੋ ਗਈ ਉਹ ਫਿਲਮ ਚੱਲਣੀ ਆ, ਫਿਰ ਉਹਨੂੰ ਕੋਈ ਨਹੀਂ ਰੋਕਦਾ, ਫਿਰ ਉਹਨੂੰ ਤੁਸੀਂ ਭਰਮਾ ਹੁੰਗਾਰਾ ਦਿੰਦੇ ਹੋ, ਸਾਰੇ ਪਾਸੇ ਪਿਆਰ ਮਿਲਦਾ ਉਸ ਫਿਲਮ ਨੂੰ ਜੀ। ਸੋ ਇਹ ਫਿਲਮ ਜਿਹੜੀ ਮੈਂ ਦੇਖੀ ਹੈ ਜੀ, ਇਹ
दो मुल्कां नूं लै के अजकल तकरार भी चल रहा तो दोनों मुल्कां दे विचार दी स्टोरी है जी हिंदुस्तान ते पाकिस्तान दी ते आप सब नूं पसंद सो मेन लीड मेन करैक्टर हीरो दा तुसीं कर रहे हो ठीक है गलती नाल मैं ही कर लिया नहीं तुसीं बहुत तुसीं एंथोसाइज कीता ना जी क्योंकि मैनूं भी हजम नहीं हुंदा जी मैनूं भी हुण मेन मूंह च लैण लग गए जी है ना वाहिगुरु दी कृपा नाल आप सब दी ब्लेसिंग्स दे नाल शुरू तो मिट्टी वाजा मार देखिए जिद करैक्टर विलन का फिर हौली हौली मुंडे यूके तो लैके फिर जिहड़ियां फिल्मां आईयां ने ओहदे विच तुसीं एज़ ए हीरो अपने आप नूं एस्टैबलिश कीता और बड़ी मजबूती दे नाल कीता सो मतलब तुसीं एक मेरे ख्याल नाल फिल्म आई सी 420 हां जी ओहदे विच तुसीं एक लेडी दा करैक्टर अदा कीता और ओह कुड़ी दा कुड़ी बणन नूं साडे जिहड़े हीरो हुंदे ने जी हीरो दी हीरो दे मायने जिहड़े हुंदे ने आम जे आपां देखीए जां देखण वाले पासिओं ला लईए जां करन वाले पासिओं ला लईए एक्टर जिहड़े हैगे ने ਤਾਂ ਹੀਰੋ ਦਾ ਮਤਲਬ ਹੁੰਦਾ ਲੈਬਿਸ਼ ਜਿਹਾ ਰਹਿਣਾ ਥੋੜ੍ਹਾ ਜਿਹਾ ਹਾਈ ਫਾਈ ਆਪਣੇ ਆਪ ਨੂੰ ਰੱਖਣਾ ਜੀ ਅਤੇ ਸੋਹਣਾ ਲੱਗਣਾ ਵੱਧ ਤੋਂ ਵੱਧ ਸੋਹਣੇ ਲੱਗਣਾ ਅਤੇ ਜਿਹੜੀ ਦੀ ਪੂਰਾ ਚੱਕਾ ਚਾਹੁੰਦਾ ਵਾਲੀ ਜ਼ਿੰਦਗੀ 'ਚੋਂ ਨਿਕਲ ਆਇਆ ਹੋਇਆ ਹੀਰੋ ਇੱਕ ਆਪਣੇ ਆਪ ਨੂੰ ਸਟੈਬਲਿਸ਼ ਕਰਨਾ ਚਾਹੁੰਦਾ ਹੁੰਦਾ ਹਰੇਕ ਬੰਦਾ ਤਾਂ ਉਹ ਕੁੜੀ ਬਣਨ ਨੂੰ ਕੋਈ ਤਿਆਰ ਹੀ ਨਹੀਂ ਸੀਗਾ ਜੀ ਠੀਕ ਹੈ ਤਾਂ ਉਹ ਜਿਹੇ ਕਰੈਕਟਰ ਮੇਰੇ ਪੱਲੇ ਪੈ ਜਾਂਦੇ ਔਰ ਉਹਨਾਂ ਨੂੰ ਮੈਨੂੰ ਐਂ ਹੁੰਦਾ ਵੀ ਐਂ ਕਰ ਕਰਕੇ ਬਾਬਾ ਇਹਨਾਂ ਮੇਰੀਆਂ ਸ਼ਰਾਰਤਾਂ ਨੂੰ ਭਾਗ ਲਾ ਦੇ ਜੀ ਇਹ ਸਾਰਾ ਕੁਛ ਮੈਨੂੰ ਭਾਜੀ ਸੁਭਾਵਿਕ ਹੀ ਹੁੰਦਾ ਗਿਆ ਜਾਂ ਤੂੰ ਮਿੱਥਿਆ ਸੀਗਾ ਕਿ ਵੀ ਨਹੀਂ ਮੈਂ ਹੁਣ ਮੇਰੇ ਤੇ ਸ਼ਾਰਪ ਲੱਗ ਰਹੀ ਹੈ ਕਾਮੇਡੀ ਦੀ ਮੈਂ ਚੋਂ ਨਿਕਲਾਂ ਜਾਂ ਵਿਲਨ ਦੀ ਲੱਗ ਰਹੀ ਹੈ ਫਿਰ ਮੈਂ ਹੀਰੋ ਬਣਾ ਨਹੀਂ ਇਦਾਂ ਦਾ ਨਹੀਂ ਖੁਆਬ ਤਾਂ ਹਰੇਕ ਦਾ ਹੁੰਦਾ ਜੀ ਵੀ ਮੈਂ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਜੇ ਮੈਂ ਹਿਊਮਨ ਬੀਇੰਗ ਹੀ ਹਾਂ ਜੀ ਆਪਾਂ ਵੀ ਹੈ ਨਾ ਸਾਰੇ ਜਾਣੇ ਤਾਂ ਹਰੇਕ ਨੂੰ ਆਪਾਂ ਆਪ ਨੂੰ ਅਪਗ੍ਰੇਡ ਕਰਨ ਦਾ ਰਾਈਟ ਵੀ ਹੈ ਔਰ ਸੋਚਣਾ ਵੀ ਉਹਦਾ ਸੁਭਾਵਿਕ ਹੈ ਵੀ ਆਪਾਂ ਕਿਉਂਕਿ ਅੱਗੇ ਵਧਣਾ ਹੈ ਹਰੇਕ ਜਿਹਦੇ ਕੋਲ ਸਾਈਕਲ ਹੈ ਉਹਨੇ ਮੋਟਰਸਾਈਕਲ ਲੈਣਾ ਮੋਟਰਸਾਈਕਲ ਵਾਲੇ ਨੇ ਕਾਰ ਲੈਣੀ ਹੈ ਕਾਰ ਵਾਲੇ ਨੇ ਜਹਾਜ਼ ਲੈਣਾ ਹੈ ਨਾ ਉਹ ਹਰੇਕ ਦੇ ਇਦਾਂ ਚਾਹਨਾ ਹੁੰਦੀ ਹੈ ਸੋ ਇੱਕ ਜਿਹੜਾ ਐਜ਼ ਐਨ ਐਕਟਰ ਮੈਂ ਸਮਝਦਾ ਵੱਖੋ ਵੱਖਰੇ ਕਿਰਦਾਰ ਮਿਲਣੇ ਤੁਹਾਨੂੰ ਵੱਖੋ ਵੱਖਰੇ ਕਿਰਦਾਰਾਂ ਦੇ ਚੈਲੇਂਜਿੰਗ ਜਿਹੜੇ ਕਰੈਕਟਰਸ ਨੇ ਮਿਲਣੇ ਔਰ ਉਹਨਾਂ ਨੂੰ ਹੰਡਾਉਣਾ ਉਹਨਾਂ ਤੇ ਸ਼ਾਬਾਸ਼ੀ ਮਿਲਣੀ ਉਹ ਕਿਸੇ ਕਿਸੇ ਦੇ ਪੱਲੇ ਆਉਂਦੇ ਜੀ ਬਿਲਕੁਲ ਸੋ ਮੈਂ ਵੱਖੋ ਵੱਖਰੇ ਕਰਦਾ ਰਿਹਾ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਫੇਮ ਮਿਲਿਆ ਜੀ ਮਿਸਟਰ ਐਂਡ ਮਿਸਿਸ 420 ਕੁੜੀ ਬਣੇ ਤਾਂ ਸਾਰਿਆਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਕਹਿੰਦੇ ਬਹੁਤ ਵਧੀਆ ਕੀਤਾ ਹੈ ਤੇ ਉਹਨੂੰ ਕਰਨ ਨੂੰ ਕੋਈ ਤਿਆਰ ਨਹੀਂ ਸੀਗਾ ਤਾਂ ਉਹ ਕਰਦੇ ਕਰਦੇ ਆਪਣੇ ਆਪ ਹੀ ਇਦਾਂ ਦੇ ਬਣਦੇ ਗਿਆ ਵੀ ਨਹੀਂ ਹੁਣ ਇਹਦੇ ਫਿਲਮ ਤੇ ਥੋੜਾ ਜਿਹਾ ਫਿਲਮ ਨੂੰ ਇੰਨੇ ਕੁ ਚਿਰ ਇੱਕ ਜਿਵੇਂ ਗੇਮ ਹੁੰਦੀ ਹੈ ਨਾ ਇਸ ਗੇਮ ਲਾਈਕ ਵੀ 5 ਮਿੰਟ ਦੀ ਫਿਲਮ ਸਾਂਭ ਲੈਂਦਾ ਸਕਰੀਨ ਪਲੇ ਇੰਨਾ ਚਿਰ ਦਾ ਸਾਂਭ ਲੈਂਦਾ ਜਿਵੇਂ ਸਕਰੀਨ ਦਾ ਟਾਈਮ ਹੁੰਦਾ ਜੀ 2 ਘੰਟੇ 10 ਮਿੰਟ ਦੀ ਮੂਵੀ ਹੁੰਦੀ ਹੈ ਬਿਲਕੁਲ ਠੀਕ ਤਾਂ ਉਹਦੇ 'ਚ ਜਿਹੜੇ ਮੇਨ ਕਰੈਕਟਰ ਹੁੰਦੇ ਨੇ 10-12 ਮੇਨ ਕਰੈਕਟਰ ਹੀਰੋ ਹੀਰੋਇਨ ਤੋਂ ਬਾਅਦ ਹੋਰ ਕਰੈਕਟਰਸ ਹੁੰਦੇ ਨੇ ਤਾਂ ਉਹ ਜਿਹੜਾ 10 ਮਿੰਟ ਜਾਂ 15 ਮਿੰਟ ਜਿਹੜੇ ਸਕਰੀਨ ਸ਼ੇਅਰਿੰਗ ਦੇ ਆਉਂਦੇ ਨੇ ਕੀ ਉਹ ਬਾਲ ਅੱਛੀ ਤਰ੍ਹਾਂ ਸਾਂਭਦਾ ਕੀ ਉਹ ਵਧੀਆ ਪਲੇ ਕਰਦਾ ਜੀ ਸੋ ਉਸ ਤਰੀਕੇ ਨਾਲ ਡਿਵਾਈਡ ਕਰ ਦਿੱਤਾ ਜਾਂਦਾ ਤਾਂ ਉਹ ਜਿੰਨਾ ਕੁ ਹਿੱਸੇ ਮੇਰੇ ਰੋਲ ਆਏ ਜੀ ਜਦੋਂ 10 ਮਿੰਟ ਦਾ 5 ਮਿੰਟ ਦਾ 2-2 ਮਿੰਟ ਦੇ ਸ਼ਰਾਰਤਾਂ ਕਰਨ ਵਾਲਾ ਫਿਰ ਮੈਨੂੰ 20 ਮਿੰਟ ਦਾ ਮਿਲਣ ਲੱਗਿਆ ਜੀ ਤੇ ਹੁਣ ਮੇਨ ਕਿਰਦਾਰਾਂ ਦੇ ਵਿੱਚ ਮੈਨੂੰ ਦੇਖਿਆ ਜਾ ਰਿਹਾ ਜੀ ਸੋ ਸਭ ਵਾਹਿਗੁਰੂ ਦੀਆਂ ਹੈ ਨਾ ਜੀ ਉਹਨਾਂ ਆਪ ਸਭ ਦੇ ਪਿਆਰ ਸਦਕਾ ਤੇ ਵਾਹਿਗੁਰੂ ਦੀ ਬਲੈਸਿੰਗ ਸਦਕਾ ਹੀ ਹੈ ਉਹਨਾਂ ਦੇ ਆਸ਼ੀਰਵਾਦ ਸਦਕਾ ਹੀ ਹੈ ਜੀ ਜਦੋਂ ਕਹਿੰਦੇ ਉਹਦੀ ਨਜ਼ਰ ਸਵਲੀ ਹੁੰਦੀ ਹੈ ਫਿਰ ਰਾਜੇ ਤੋਂ ਰੰਗ ਰੰਗ ਤੋਂ ਰਾਜਾ ਮਿੰਟਾਂ 'ਚ ਹੀ ਬਣਾ ਦਿੰਦਾ ਬਿਲਕੁਲ ਪਰ ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਕਿ ਮੈਂ ਇੱਕ ਵਾਰੀ ਅਜਿਹਾ ਦੌਰ ਆਇਆ ਕਿ ਮੈਂ ਫਿਲਮਾਂ 'ਚ ਬਹੁਤ ਜ਼ਿਆਦਾ ਨਜ਼ਰ ਆ ਰਿਹਾ ਸੀ ਮੈਨੂੰ ਕੁਝ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਵੀ ਆਲੂ ਵਾਲੀ ਗੱਲ ਪਰ ਮੈਨੂੰ ਐਜ਼ ਅ ਨਿੱਜੀ ਤੌਰ ਤੇ ਐਜ਼ ਅ ਦਰਸ਼ਕ ਮੈਂ ਤੁਹਾਡਾ ਪ੍ਰਸ਼ੰਸਕ ਵੀ ਹੈਗਾ ਮੈਨੂੰ ਗੱਲ ਕਦੀ ਫੀਲ ਨਹੀਂ ਹੋਈ ਕੋਈ ਜਿਹੜੀ ਵੀ ਕਰੈਕਟ ਮੈਂ ਉੱਥੇ ਇੱਕ ਗੱਲ ਮੈਂ ਸਾਰਿਆਂ ਨੂੰ ਪਹਿਲਾਂ ਵੀ ਦੱਸਿਆ ਸੀ ਇਸ ਗੱਲ ਤੇ ਸੌਰੀ ਤੁਹਾਨੂੰ ਟੋਕਿਆ ਜੀ ਨੋ ਪ੍ਰੋਬਲਮ ਤੇ ਉਹਦੇ 'ਚ ਭਾਜੀ ਆਈ ਐਮ ਬਲੈਸਡ ਜਿੰਨੀਆਂ ਵੀ ਉਦੋਂ ਜੇ ਮੈਂ 4 ਫਿਲਮਾਂ ਕੀਤੀਆਂ ਜਾਂ 5 ਫਿਲਮਾਂ ਕੀਤੀਆਂ ਉਸ ਸਾਲ ਦੇ ਵਿੱਚ ਉਹ 5 ਉਹੀ ਹਿੱਟ ਹੋਈਆਂ ਜਿਨ੍ਹਾਂ 'ਚ ਮੈਂ ਸੀਗਾ ਬਿਲਕੁਲ ਠੀਕ ਫਿਲਮਾਂ ਤਾਂ ਹੋਰ ਵੀ ਨਾਲ ਉਹਦੇ 25 ਹੋਰ ਬਣੀਆਂ ਜੀ ਉਹ ਕੁਦਰਤੀ ਕਈ ਚੱਲੀਆਂ ਨਹੀਂ ਹੈਗੀਆਂ ਜਿਵੇਂ 25 ਦੇ ਵਿੱਚ ਉਹ ਘੱਟ ਚੱਲੀਆਂ ਪਰ ਜਿਨ੍ਹਾਂ ਦੇ ਵਿੱਚ 5 ਦੇ ਵਿੱਚ ਮੈਂ ਸੀ ਉਹ ਚੱਲੀਆਂ ਜੀ ਠੀਕ ਹੈ ਜੀ ਤਾਂ ਉਹ ਸਾਰਿਆਂ ਨੂੰ ਉਹੀ ਨਜ਼ਰ ਆਉਣ ਲੱਗ ਗਿਆ ਵੀ ਇਹੀ ਆਈ ਜਾਂਦਾ ਸਰ ਸਾਰੀਆਂ ਫਿਲਮਾਂ 'ਚ ਇਹ ਆਈ ਜਾਂਦਾ ਪਰ ਮੈਨੂੰ ਆਲੂ ਖਾਣਾ ਵੀ ਪਸੰਦ ਸੀ ਵਾਹਿਗੁਰੂ ਨੇ ਕੰਮ ਤਾਂ ਦਿੱਤਾ ਜੀ ਮੈਨੂੰ ਜੀ इस वक्फे तो बाद एक बार फिर तुहाडे सारयां दा स्वागत है जी प्रोग्राम प्राइम जिंदगी विच अज साडे नाल मेहमान ने बीनू ढिल्लों और आओ जी उन्हां दे कोलों उन्हां दी जीवन ते कला बारे होर गल्लां बातां जानदे आं बीनू भाजी मैं पुछ रहा सीगा कि जदों तुसीं हुण एज़ ए हीरो स्टैबलिश होए हो ਅਤੇ ਜਿਹੜਾ ਤੁਹਾਡਾ ਜ਼ਿੰਦਗੀ ਦਾ ਸਾਰਾ ਸਫ਼ਰ ਹੈ ਹੁਣ ਤੱਕ ਇੱਕ ਵਾਰੀ ਫਲੈਸ਼ਬੈਕ ਜਦੋਂ ਪਿੱਛੇ ਮਾਰਦੇ ਹੋ ਅਤੇ ਕਈ ਵਾਰੀ ਬੰਦਾ ਸੋਚਦਾ ਸੀਗਾ ਕਿ ਮੈਂ ਯਾਰ ਜ਼ਿੰਦਗੀ 'ਚ ਕਦੀ ਇਹ ਸੁਪਨਾ ਵੀ ਨਹੀਂ ਸੀ ਲਿਆ ਜਿਹੜੀ ਸਟੇਜ 'ਤੇ ਅੱਜ ਮੈਂ ਖੜਾ ਮੈਂ ਫਾਈਨੈਂਸ ਦੀ ਵੀ ਨਾਲ ਗੱਲ ਕਰੂੰਗਾ ਪੈਸੇ ਧੇਲੇ ਵੱਲੋਂ ਜਦੋਂ ਬੰਦਾ ਸੁਖਾਲਾ ਹੁੰਦਾ ਨਾ ਤਾਂ ਅੰਦਰੋਂ ਇੱਕ ਬੜਾ ਹੁਲਾਰਾ ਆਉਂਦਾ ਹੈ ਅਤੇ ਇੱਕ ਤੁਹਾਡਾ ਜਿਹੜਾ ਮੈਂ ਤੁਹਾਡੇ ਪਰਿਵਾਰਿਕ ਪਿਛੋਕੜ ਬਾਰੇ ਵੀ ਜਾਣਨਾ ਚਾਹੁੰਦਾ ਕਿੱਥੋਂ ਅਤੇ ਫਿਰ ਹੌਲੀ 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 ਜਦੋਂ ਪੰਜਾਬੀ ਯੂਨੀਵਰਸਿਟੀ ਤੱਕ ਦਾ ਜਿਹੜਾ ਸਫ਼ਰ ਆ ਭੰਗੜਾ ਕਲਾਕਾਰ ਤੋਂ ਲੈ ਕੇ ਅਤੇ ਅੱਜ ਤੱਕ ਦਾ ਸਫ਼ਰ ਆ ਜਿਹੜੇ ਤੁਸੀਂ ਮੇਰੇ ਨਾਲ ਨਹੀਂ ਉਹੀ ਗੱਲ ਹੈ ਜੀ ਜਿਹੜੇ ਮੁਕਾਮ ਤੱਕ ਵਾਹਿਗੁਰੂ ਨੇ ਪਹੁੰਚਾਇਆ ਤਾਂ ਉਹਦੀ ਨਜ਼ਰ ਸਵੱਲੀ ਹੈ ਜੀ ਆਪ ਸਭ ਦਾ ਪਿਆਰ ਸਦਕੇ ਹੀ ਹੈ ਜਿੱਥੇ ਮੈਂ ਬੈਠਾਂ ਜਿੱਥੇ
ਜਿਹੜੀਆਂ ਕੁਰਸੀਆਂ ਤੇ ਹੁਣ ਬੈਠਾ ਜਿਹੜੀਆਂ ਇੰਟਰਵਿਊ ਤੁਸੀਂ ਕਰ ਰਹੇ ਹੋ ਆਪ ਸਭ ਦੀ ਇਕੱਲੀ ਇਕੱਲੀ ਜਦੋਂ ਤਾੜੀ ਵੱਜਦੀ ਹੈ ਨਾ ਦਰਸ਼ਕਾਂ ਵੱਲੋਂ ਜਾਂ ਇਕੱਲੀ ਇਕੱਲੀ ਇੱਕ ਟਿਕਟ ਖਰੀਦ ਕੇ ਜਦੋਂ ਤੁਸੀਂ ਸਿਨੇਮਾ ਘਰ ਦੇ ਵਿੱਚ ਜਾ ਕੇ ਉਸ ਚੀਜ਼ ਨੂੰ ਸਰਾਉਂਦੇ ਹੋ ਫਿਰ ਉਸ ਤਰੀਕੇ ਨਾਲ ਕਲਾਕਾਰ ਇੱਕ ਬਣਦਾ ਹੈ ਨਾ ਜੀ ਤੇ ਸੋਚਿਆ ਤਾਂ ਨਹੀਂ ਸੀਗਾ ਜੀ ਕਿਉਂਕਿ ਜਿਹੜਾ ਮੱਕਾ ਮਦੀਨਾ ਸੀ ਸਾਡੇ ਥੀਏਟਰ ਜਾਂ ਮੈਂ ਕਿਉਂਕਿ ਐਮ ਏ ਥੀਏਟਰ ਐਂਡ ਟੈਲੀਵਿਜ਼ਨ ਪਾਸ ਆਊਟ ਹਾਂ ਜੀ ਯੂਨੀਵਰਸਿਟੀ ਪਟਿਆਲਾ ਤੋਂ ਤਾਂ ਉਦੋਂ ਸਾਡੇ ਸਿਨੇਮਾ ਇੰਨਾ ਨਹੀਂ ਸੀਗਾ ਜੀ ਟਾਮੀ ਟਾਮੀ ਇੱਕ ਅੱਧੀ ਫਿਲਮ ਬਣਦੀ ਹੁੰਦੀ ਸੀ ਜੀ ਤਾਂ ਉਹਦੇ ਬਾਰੇ ਪਤਾ ਵੀ ਨਹੀਂ ਲੱਗਦਾ ਪਰ ਕੀ ਸੋਚ ਕੇ ਤੁਸੀਂ ਇਹ ਥੀਏਟਰ ਵਾਲਾ ਜਿਹੜਾ ਜੀ ਮੈਂ ਜਿਹੜਾ ਥੀਏਟਰ 'ਚ ਐਡਮਿਸ਼ਨ ਲਈ ਸੀ ਉਹ ਇਹ ਸੋਚ ਕੇ ਲਈ ਸੀ ਵੀ ਇੱਥੇ ਈਜ਼ੀਲੀ ਐਡਮਿਸ਼ਨ ਮਿਲ ਜਾਂਦੀ ਹੈ ਵੀ ਭੰਗੜਾ ਹੀ ਪਾਉਣਾ ਹੈ ਭੰਗੜਾ ਹੀ ਪਾਉਣਾ ਇਹ ਨਹੀਂ ਸੀ ਸੋਚਿਆ ਵੀ ਗਾ ਫਿਲਮਾਂ ਜਾਣਾ ਸੁਪਨਾ ਨਹੀਂ ਸੀ ਫਿਲਮਾਂ ਸੁਪਨਾ ਤਾਂ ਸੀਗਾ ਜੀ ਕਿਉਂਕਿ ਸ਼ਰਾਰਤੀ ਬਹੁਤ ਸੀਗੇ ਪਹਿਲਾਂ ਮੈਂ ਥੀਏਟਰ ਬਹੁਤ ਕੀਤਾ ਜੀ ਜੀ ਕਾਲਜ ਲੈਵਲ ਤੇ ਮੈਂ ਸਭ ਤੋਂ ਪਹਿਲਾਂ ਮੇਰਾ ਜਿਹੜਾ ਪਲੇ ਸੀਗਾ ਅੰਨੇ ਨਿਸ਼ਾਨ ਚ ਸੀਗਾ ਜਿਸ ਮੈਂ ਫੱਟੇ ਚੱਕ ਦਾ ਕਰੈਕਟਰ ਕੀਤਾ ਠੀਕ ਹੈ ਜੀ ਤਾਂ ਉਸ ਤੋਂ ਪਹਿਲਾਂ ਹਿਸਟੋਨਿਕਸ ਕਰਦਾ ਹੁੰਦਾ ਸੀਗਾ ਜੀ ਸਕੂਲ ਟਾਈਮ ਤੇ ਤੇ ਉਹ ਕਰਦੇ ਕਰਦੇ ਜੀ ਤਾਂ ਸੋਚਿਆ ਨਹੀਂ ਸੀ ਵੀ ਇਸ ਪਾਸੇ ਨੂੰ ਜਾਵਾਂਗੇ ਤੇ ਭੰਗੜੇ ਦੇ ਭੰਗੜੇ 'ਚ ਰਹਿਣ ਵਾਸਤੇ ਭੰਗੜਾ ਹੀ ਮੈਨੂੰ ਜ਼ਿੰਦਗੀ ਲੱਗਦਾ ਸੀ ਭੰਗੜਾ ਪਾਉਂਦਾ ਸੀਗਾ ਔਲਰੇਡੀ ਇੰਟਰਵਿਊ ਮੈਂ ਯੂਨੀਵਰਸਿਟੀ ਕੈਪਟਨ ਸੀਗਾ ਜੀ ਤੇ ਇੱਕ ਵਾਰੀ ਇੰਗਲੈਂਡ ਪਾ ਕੇ ਗਏ ਸੀ ਵਰਲਡ ਫੋਕ ਡਾਂਸ ਫੈਸਟੀਵਲ ਸੀਗਾ ਜੀ ਫਿਰ ਇੰਡੀਆ ਨੂੰ ਰਿਪ੍ਰੈਜ਼ੈਂਟ ਕੀਤਾ ਜਰਮਨੀ ਰਸ਼ੀਆ ਦੇ ਵਿੱਚ ਹੈ ਨਾ ਜੀ ਤਾਂ ਉਹੀ ਸਭ ਕੁਝ ਲੱਗਦਾ ਹੁੰਦਾ ਸੀ ਪਰ ਵਾਹਿਗੁਰੂ ਦੀ ਬਲੈਸਿੰਗਸ ਦੇ ਨਾਲ ਜੀ ਅਨਕੌਂਸ਼ੀਅਸਲੀ ਕਹਿ ਰਹੀ ਨਾ ਤੁਹਾਡਾ ਕੰਮ ਤੁਸੀਂ ਕਰਨਾ ਤੁਰਦੇ ਇਸ ਰਾਹ ਨੂੰ ਹੁੰਦੇ ਹੋ ਰਾਹ ਇਹਨੂੰ ਜਾਣਾ ਹੁੰਦਾ ਜੀ ਤਾਂ ਉਹ ਭੰਗੜੇ ਕਰਕੇ ਮੈਂ ਇਸ ਥੀਏਟਰ ਡਿਪਾਰਟਮੈਂਟ 'ਚ ਐਡਮਿਸ਼ਨ ਲਈ ਵੀ ਈਜ਼ੀਲੀ ਐਡਮਿਸ਼ਨ ਮਿਲ ਜਾਂਦੀ ਹੈ ਅਤੇ ਮੈਂ ਉੱਧਰ ਜਾਇਆ ਕਰੂੰਗਾ ਜੀ ਉੱਥੇ ਅਸੀਂ 8-10 ਜਾਣੇ ਸੀ ਉਹਨਾਂ 'ਚੋਂ ਦੇਖਣ ਨੂੰ ਮੈਂ ਥੋੜ੍ਹਾ ਜਿਹਾ ਸਾਰਿਆਂ 'ਚੋਂ ਠੀਕ ਠਾਕ ਸੀ ਮੈਨੂੰ ਹੀਰੋ ਦਾ ਕਰੈਕਟਰ ਦਿੱਤਾ ਜਾਂਦਾ ਸੀਗਾ ਜਿੱਥੇ ਮਿਹਨਤ ਬਹੁਤ ਜ਼ਿਆਦਾ ਹੋਣੀ ਨਾਟਕ ਦੇ ਵਿੱਚ ਹਾਂਜੀ ਹਾਂਜੀ ਨਾਟਕ ਦੇ ਵਿੱਚ ਜਿਹੜੇ ਜਿੰਨੇ ਵੀ ਸਾਡੀਆਂ ਪ੍ਰੋਡਕਸ਼ਨਸ ਹੋਈਆਂ ਜੀ ਤੇ ਉਹ ਕਰਦੇ ਕਰਦੇ ਜੀ ਫਿਰ ਮੈਂ ਭੱਜਿਆ ਕਰਾਂ ਥੀਏਟਰ ਉੱਧਰ ਭੰਗੜਾ ਪਾਉਣ ਵਾਲੇ ਪਾਸੇ ਨੂੰ ਉੱਧਰ ਉੱਧਰ ਰਹਿਸਲਾਂ ਵੀ ਕਰਨੀਆਂ ਹੁੰਦੀਆਂ ਸੀਗੀਆਂ ਮੈਂ ਕਿਹਾ ਕਰਾਂ ਮੈਨੂੰ ਛੋਟਾ ਹੀ ਰੋਲ ਦੇ ਦਿਓ ਯਾਰ 5-7 ਮਿੰਟ ਦਾ ਉਹ ਕਹਿੰਦੇ ਨਹੀਂ ਤਾਂ ਮੇਨ ਰੋਲ ਹੀ ਕਰਨਾ ਜਾਂ ਕਰਦੇ ਕਰਦੇ ਉਹ ਜਿਹੜੀ ਪ੍ਰੋਸੈਸਿੰਗ ਹੋਈ ਜੀ ਤਾਂ ਉਹ ਵਾਹਿਗੁਰੂ ਨੇ ਮੈਨੂੰ ਉੱਧਰਲੇ ਪਾਸੇ ਨੂੰ ਤੋਰਿਆ ਵੀ ਤੂੰ ਇੱਧਰਲੇ ਪਾਸੇ ਜਾ ਜੀ ਤੇ ਉਹ ਕਰਦੇ 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 ਜੀ ਤਾਂ ਉਦੋਂ ਟੀਵੀ ਵੀ ਨਹੀਂ ਹੈਗਾ ਸੀਗਾ ਜੀ ਸਾਡੇ ਜੀ ਤਾਂ ਕਈ ਚੈਨਲ ਜਦੋਂ ਮੈਂ ਪਾਸ ਆਊਟ ਹੋਇਆ ਤਾਂ ਕਈ ਚੈਨਲਸ ਆਏ ਜੀ ਜਿਵੇਂ ਲਿਸ਼ਕਾਰਾ ਜ਼ੀ ਅਲਫਾ ਪੰਜਾਬੀ ਤਾਰਾ ਪੰਜਾਬੀ ਏਟੀਐਨ ਪੰਜਾਬੀ ਪੰਜਾਬੀ ਵਰਡ ਹੈ ਨਾ ਕਾਫੀ ਇਦਾਂ ਦੇ ਨਵੇਂ ਟੀਵੀ ਚੈਨਲ ਜਿਹੜੇ ਏਟੀਐਨ ਪੰਜਾਬੀ ਕਾਫੀ ਆਏ ਕਾਫੀ ਆਏ ਸੀ ਉਹਨਾਂ ਦੇ ਹਾਂਜੀ ਤਾਂ ਉਹਨਾਂ ਤੇ ਪਹਿਲੇ ਪਹਿਲਾਂ ਫਿਰ ਸੀ ਜਿਹੜੇ ਸੀਰੀਅਲ ਸ਼ੁਰੂ ਹੋਏ ਜੀ ਤਾਂ ਉੱਥੇ ਕੰਮ ਮਿਲਣਾ ਸ਼ੁਰੂ ਹੋਇਆ ਸੀ ਠੀਕ ਹੈ ਤਾਂ ਉੱਥੋਂ ਹੌਲੀ ਹੌਲੀ ਚੱਲਦੇ ਚੱਲਦੇ ਜੀ ਫਿਰ ਉਹ ਸਾਰੇ ਜਿਹੜੇ ਫਿਕਸ਼ਨ ਸੀਗੀ ਸਾਨੂੰ ਜਾਣ ਦੇ ਪੈਸੇ ਮਿਲਣੇ ਸ਼ੁਰੂ ਹੋਏ 750 ਰੁਪਏ ਤੋਂ ਉਹੀ ਮੈਂ ਤੁਹਾਡੇ ਗੱਲ ਪੁੱਛਣਾ ਚਾਹੁੰਦਾ ਸੀਗਾ ਕਿ ਫਿਰ ਇਹ ਜਿਹੜਾ ਜਦੋਂ ਤੁਹਾਨੂੰ ਤੁਹਾਡੀ ਕਲਾ ਜਿਹੜੀ ਆ ਉਹ ਤੁਹਾਨੂੰ ਰੋਟੀ ਵੀ ਦੇਣ ਲੱਗ ਪਵੇ ਥੋੜ੍ਹੇ 'ਚ ਫਿਰ ਬਹੁਤ ਮਜ਼ਾ ਆਉਣ ਲੱਗ ਪੈਂਦਾ ਸੋ ਪਹਿਲਾਂ ਟੀਵੀ ਤੋਂ ਤੁਹਾਡੀ ਸ਼ੁਰੂਆਤ ਹੋਈ ਤੇ ਉਸ ਤੋਂ ਬਾਅਦ ਤੁਸੀਂ ਫਿਲਮਾਂ 'ਚ ਗਏ ਉਹ ਥੋੜ੍ਹਾ ਜਿਹਾ ਸਫ਼ਰ ਬਿਆਨ ਕਰੋ ਜੀ ਉਹੀ ਹੈ ਜੀ ਜਦੋਂ ਟੀਵੀ ਆਜ਼ਾਦ ਹੋਇਆ ਜੀ ਟੀਵੀ ਤੇ ਜਦੋਂ ਫਿਕਸ਼ਨ ਸਟਾਰਟ ਹੋਈਆਂ ਜੀ ਮੇਰਾ ਪਹਿਲਾ ਸੀਰੀਅਲ ਸੀਗਾ ਪਰਸ਼ਾਵੇਂ ਜੀ ਠੀਕ ਹੈ ਤਾਂ ਪਰਸ਼ਾਵੇਂ ਸੀਰੀਅਲ ਦੇ ਵਿੱਚ ਜਿਹੜੇ ਮੈਂ ਹੀਰੋ ਨਹੀਂ ਸੀ ਮੇਰਾ ਓਮੀ ਦਾ ਕਰੈਕਟਰ ਸੀਗਾ ਇੱਕ ਜਿਹੜੀ ਹੀਰੋ ਦੇ ਫਰੈਂਡ ਦਾ ਗਵਾਂਢੀ ਸੀਗੇ ਅਸੀਂ ਤਾਂ ਉਹ ਸਾਰੇ ਸਾਡੇ ਥੀਏਟਰ ਡਿਪਾਰਟਮੈਂਟ ਵਾਲੇ ਸਿਲੈਕਟ ਹੋ ਗਏ ਮੁੰਡੇ ਜੀ ਰਾਣਾ ਰਣਵੀਰ ਜੀ ਵੀ ਤੁਹਾਡੇ ਨਾਲ ਥੀਏਟਰ ਕਲਾਸ ਅਸੀਂ ਕਲਾਸ ਫੈਲੋ ਤੁਸੀਂ ਕਲਾਸ ਫੈਲੋ ਠੀਕ ਹੈ ਹਾਂਜੀ ਹਾਂਜੀ ਮੇਰੇ ਫਾਰਮ ਵੀ ਉਹਨੇ ਉਸੇ ਨਹੀਂ ਭਰੇ ਸੀ ਰਾਣੇ ਨੇ ਭਰੇ ਸੀਗੇ ਥੀਏਟਰ ਡਿਪਾਰਟਮੈਂਟ ਜੀ ਮੈਂ ਤਾਂ ਇੰਗਲੈਂਡ ਗਿਆ ਹੋਇਆ ਸੀਗਾ ਮੈਂ ਕਿਹਾ ਰਾਣੇ ਐਡਮਿਸ਼ਨ ਹੋਣੀ ਚਾਹੀਦੀ ਹੈ ਆਪਣੀ ਠੀਕ ਹੈ ਜੀ ਤਾਂ ਉਹਨੇ ਐਮਏ ਥੀਏਟਰ ਐਂਡ ਟੈਲੀਵਿਜ਼ਨ ਚ ਕਰਵਾਤੀ ਸੀ ਜਾਂਦਾ ਰਵੇ ਰਾਣਾ ਠੀਕ ਹੈ ਤੇ ਉਹ ਕਰਦੇ ਕਰਦੇ ਜੀ ਤਾਂ ਅਸੀਂ ਸ਼ਾਮ ਨੂੰ ਸਾਰੇ ਜਾਣੇ ਇਕੱਠੇ ਬੈਠੇ ਸਾਰੇ ਸਿਲੈਕਟ ਕਰ ਲਏ ਗਏ ਠੀਕ ਹੈ 8-10 ਜਾਣੇ ਜਿੰਨੇ ਸੀਗੇ ਅਸੀਂ ਸੀਨੀਅਰ ਜੂਨੀਅਰ ਜਿੰਨੇ ਵੀ ਸਾਡੇ ਜਿਹੜੀ ਸਾਡੀ ਕਲਾਸ ਦੇ ਸੀਗੇ ਜੀ ਤਾਂ ਉਹ ਸਾਡੇ ਡਾਇਰੈਕਟਰ ਨੇ ਕਿਹਾ ਵੀ ਐਗਰੀਮੈਂਟ ਉਹ ਐਗਰੀਮੈਂਟ ਅਸੀਂ ਸੁਣਿਆ ਸੀ ਵੀ ਧਰਮਿੰਦਰ ਹੋਣਾ ਦਾ ਕਿਉਂਕਿ ਉਹ ਵੱਡੀਆਂ ਗੱਲਾਂ ਸੀਗੀਆਂ ਉੱਥੇ ਐਗਰੀਮੈਂਟ ਹੁੰਦੇ ਹੁੰਦੇ ਨੇ ਐਂ ਹੁੰਦੇ ਨੇ ਸਾਡੇ ਨਾਲ ਵੀ ਐਗਰੀਮੈਂਟ ਕਰਨ ਬੜਾ ਚੌਸ ਸੀ ਆਪਣੇ ਵੀ ਇੱਕ ਐਗਰੀਮੈਂਟ ਹੋਊਗਾ ਤਾਂ ਉਹ ਜਿਹੜੇ ਡਾਇਰੈਕਟਰ ਨੇ ਸਾਹਮਣੇ ਬੈਠੇ ਕਿਹਾ ਕਹਿੰਦਾ ਵੀ ਆਪਾਂ ਨੂੰ ਜਿਹੜੀ ਆਪਣੀ ਡੀਲ ਬਣੂਗੀ ਉਹ ਹੈਗੀ ਹੈ ਜੀ 7-5-0 ਉਹਨੇ 0 ਵੀ ਕਿਹਾ ਤਾਂ ਅੱਧਿਆਂ ਨੂੰ ਸੁਣਿਆ ਅੱਧਿਆਂ ਨੂੰ ਸੁਣਿਆ ਨਹੀਂ ਹੁਣ ਅਸੀਂ ਸ਼ਾਮ ਨੂੰ ਕਾਟੂ ਆਪਦੇ ਰੂਮ 'ਚ ਬੈਠੇ 8-10 ਜਣੇ ਦੀ ਮੀਟਿੰਗ ਹੋ ਰਹੀ ਹੈ ਕਹਿੰਦੇ ਸਵੇਰੇ ਆਪਾਂ ਕੰਟਰੈਕਟ ਕਰਨਾ ਤੁਹਾਡੇ ਨਾਲ ਜਾਣ ਦੀ ਐਗਰੀਮੈਂਟ ਕਰਨਾ ਠੀਕ ਹੈ ਅਤੇ ਤੁਸੀਂ ਦੱਸਿਓ ਕਿੱਦਾਂ ਹੈਗਾ ਤਾਂ ਹੁਣ ਸ਼ਾਮ ਨੂੰ ਸਾਡਾ ਜਿਹੜਾ ਹੀਰੋ ਹੈ ਸਾਡਾ ਭਰਾ ਅਤੇ ਉਹ ਗੱਲਾਂ ਕਰਦੇ ਕਹਿੰਦਾ ਕਹਿੰਦਾ ਗੱਲ ਸੁਣੋ ਨਾ ਨਾ ਕਰਿਓ 75 ਰੁਪਏ ਆ ਹੀ ਰਹੇ ਨੇ ਜਾ ਤਾਂ ਨਹੀਂ ਰਹੇ ਠੀਕ ਹੈ ਤਾਂ 75 ਰੁਪਏ ਤੇ ਕੰਮ ਕਰਨ ਨੂੰ ਰਾਜੀ ਸੀਗਾ ਪਿਛਲੀ 0 ਉਹਨੇ ਸੁਣੀ ਹੋਈ ਨਹੀਂ ਸੀ ਤਾਂ ਅਸੀਂ ਦੱਸਿਆ ਵੀ 750 ਰੁਪਏ ਪਰ ਡੇ ਹਾਂਜੀ ਪਰ ਡੇ ਪਰ ਡੇ ਵਾ ਜੇ ਪੂਰੇ ਛਾਲਾਂ ਵੱਜ ਗਈਆਂ 750 ਦੇ 9 ਨੂੰ ਤਾਂ ਜਰੋ ਪਹਿਲਾ ਸੀਰੀਅਲ ਸੀਗਾ ਜਦੋਂ ਅਸੀਂ ਸ਼ੁਰੂ ਕੀਤਾ ਜੀ ਫਿਰ ਉਸ ਤੋਂ ਬਾਅਦ ਤਾਂ ਲਾਈਨ ਲੱਗ ਗਈ ਜੀ ਆਪਣੇ ਆਪ ਰਾਹ ਖੁੱਲਦੇ ਗਏ ਫਿਰ ਅੱਗੋਂ ਰਾਹ ਖੁੱਲਦੇ ਗਏ ਰਾਹ ਜਦੋਂ ਐਨ ਪੂਰੇ ਖੁੱਲੇ ਹਫ਼ਤੇ 'ਚੋਂ ਮੇਰੇ 4 ਦਿਨ ਸੀਰੀਅਲ ਆਉਂਦੇ ਸੀ ਜਿਵੇਂ ਸਰਹੱਦ ਲੋਰੀ ਮਾਂਝੀ ਤੇ ਜਗਜੀਤ ਗਾਉਂ ਦੀ ਧਰਤੀ ਵਿਛੋੜਾ ਪ੍ਰੋਫੈਸਰ ਮਨੀ ਪਲਾਂਟ ਕਾਫੀ ਸੀਰੀਅਲ ਕੀਤੇ ਜੀ ਤਾਂ ਉਹ ਕਰਦੇ ਕਰਦੇ ਜੀ ਜਦੋਂ ਐਨ ਪੀਕ ਤੇ ਗਏ ਗੇਟ ਜਾਣਾ ਸੀ ਉਦੋਂ ਵੀ ਬਸ ਪਰ ਮੈਂ ਇੱਥੇ ਮੈਂ ਤਾਂ ਰੋਕ ਇੱਕ ਸਵਾਲ ਹੋਰ ਪੁੱਛਣਾ ਚਾਹੁੰਦਾ ਕਿ ਥੀਏਟਰ ਦੇ ਵਿੱਚੋਂ ਜੋ ਤੁਸੀਂ ਇੱਕ ਵਾਰੀ ਕੈਮਰੇ ਤੇ ਜਾਂਦੇ ਹੋ ਤੇ ਉਹ
दो घंटे की स्क्रिप्ट कट्ठी याद रखनी, इतने एक एक सीन पर काम करना, सिर्फ एक मिनट के उत्ते कंसनट्रेट करना, उत्तर दो घंटे के उत्ते कंसनट्रेट करना, तो ओबियसली क्वालिटी। जे बेनू ढिल्लों अच्छ बाकी कलाकारों को वक्रा नज़र आता, क्योंकि आम तौर पर सोशल मीडिया के भी जो कोई व्यंग वाली गल किसी ने लिखनी हो चुटकला सुना हो थले बेनू ढिल्लों की ऐ करके फोटो आई होंगी है, वाहगुरु ने भाग लाए। हाँ जी, वो फिल्म से मेरे वास्ते करन नू कुछ ज्यादा है नहीं सीगा जी, तो मैं उही दसदा हुंदा उदू पहला, क्योंकि किसी फिल्म च हीरो हीरोइन, फिर उस तो बाद मेरे भल्ला साहब सीनियर सीगे, घुग्गी साहब सीनियर सीगे, बी एन शर्मा साहब सीनियर सीगे, तो पांच जने मेरे तो मूहरे सीगे उस फिल्म दे कैरी ऑन जट्टा वन दे विच, किरदार पेश किए जाते किरदार है विलन का किरदार है, हालांकि मिट्टी आवाज़ा मार दी छोटा जा किरदार से, लेकिन वो थोड़ी एक्टिंग पकड़ बन दी सी, चाहे तुम थोड़ी देर वास्ते आए लेकिन वो लगता सी कि भी ये मुंडे दे विच कुछ ना कोई कण हैगा है, तो उदो मतलब जो तुम एक कैरेक्टर पेश किया जाता सीगा मतलब उदो हुंदा सी कि भी हुण मैनू मैं काम लैना वा, तो मैं जिदा का कैरेक्टर मैं एक्सैप्ट कर लाँ जां, मेहनत दे नाल वधिया निभाला, या उदो की मानसिक चॉइस कोई नहीं सी, कोई चॉइस नहीं हुंदी सी, उह तां ऐ सीगा दो मिनट का करैक्टर मिल गया और फिल्म जा रहे हैं आपां, ठीक है, बहुत वड्डी गल सी कोई बस इदा ही है जी, उदो तुसीं पर एक गल जरूर है जी, जदों भी कोई भी काम तुसीं जिहड़ा तुहाडा काम है उहनूं मेहनत और इमानदारी नाल करोगे तो वाहिगुरु सुणदा जी, और सारा उस चीज़ नूं भाग लगदे ने और काम चों काम निकलदा है ना जी, जी तो उम्मीद साढ़े भी उही है जी, तुसीं एक फिल्म वधिया डिलीवर करोगे वधिया तरीके नाल एक्टिंग करोगे तो काम चों काम तुहानूं वो प्रोडक्शन हाउस जां वो डायरैक्टर जां वो जिहड़ा प्रोड्यूसर है तुहानूं दुबारे रिपीट करूगा ही करूगा जी, सो बस उही है जी, आपदी नीवी जी पा के कन्ना विचाले दिमाग रख के कंसनट्रेट करके उस काम नूं ऐन पूरा ध्यान नाल, क्योंकि मैनूं होर काम कोई आउंदा भी नहीं सीगा जी, उस नूं पूरा कंसनट्रेशन नाल करदा गया जी, ते वाहिगुरु भाग लाउंदे। पर मजाइया किरदार जदों कॉमेडी किरदार करने शुरू किए, दरअसल तुसी ठीक है एक्टर हैगा जिहड़ा एक्टर दी विभिन्न विभिन्न शेड्स हुंदियां ने, एक्टर कुछ कुछ मतलब हुंदे आ ना कि भी अस्टिक हुंदे ने भी तुसी इहो एक्टिंग करनी, सो मेरे जहन दे विच सवाल इह आ कि एज ए कॉमेडियन मतलब तुसीं अपने आप ही परमात्मा वल्लों उधर ही मतलब तुहाडे अंदर कला सी गई, तुसीं उधर मोल्ड हो गए जां तुहानूं कैरेक्टर मिला, मैं एक्चुअली इहदा माफ करना मैं तां जवाब थोड़ा जिहा विस्तार नाल लैणा चाहुंदा। इस वक्फे तो बाद एक बार फिर तुहाडे सारयां दा स्वागत है जी प्रोग्राम प्राइम जिंदगी विच, और अज साडे नाल मेहमान ने बीनू ढिल्लों, बहुत बिद प्रतिभा दे मालक ने, और आने वाली 15 मार्च में इन्हां दी फिल्म बैंड बाजा जिहड़ी रिलीज़ हो रही है, तो साडे नाल स्टूडियो दे विच हाजिर ने, आओ जी इन्हां दे नाल गल्लबात करदे हां। बीनू ढिल्लों भाजी, मैं जी 15 मार्च में फिल्म रिलीज़ हो रही बैंड बाजा, मैं वो बारे हुण जल्दी गल्लबात करदा, पर जिहड़ा मेरे जहन च सवाल अड़िया पहला मैं वो क्लीयर करना चाहुंदा कि पहला तुसी भंगड़ा कलाकार, फिर तुसी थिएटर दे विच आए, फिर तुसी जिहड़े सीरियल्स किए विलन का कैरेक्टर भी उहदे विच कीता, ते फिर जदों बहुत मुंडे यूके दे विच ते कैरी ऑन जट्टा दे विच तुसी एज ए कॉमेडियन छा गए, तो तुहानूं लगता है मेरे अंदर भी यह प्रतिभा लुकी हुई कॉमेडी नहीं, क्योंकि कॉमेडी करनी लोगों को हसाना बहुत औखा काम है। मैं उही दसना चाहुंदा जी, मैं जिहड़ा रोजमर्रा की लाइफ दे विच बहुत ज्यादा शरारती हूं, ठीक है जी, बहुत ज्यादा शरारती हूं जी, वो शरारतों बस परदे ते लैके आने वाली गल सी, ठीक है, पर मैं चूज किया सब तो पहला विलन, ठीक है, क्योंकि उहदे विच कंपीटीशन बड़ा घट हुंदा सी, जिवें ना आप देखते सी कि कोई भी मुंडा इंटरवस्टी खेड आवे तां सारे इंस्पैक्टर जां सब इंस्पैक्टर ऐ भर्ती हो जांदा सी, बिल्कुल ठीक है, होर महकमे चले जांदा सी, बिजली बोर्ड च जां है ना चले जांदे सी, रेलवे च लै लै जांदा सी उहनां नूं, तो मैं सोचा सी विलन वाले पासे ना रेस बड़ी घट है, विलन वाले पासे स्टार्ट करते हैं जी, तो विलन करते करते हौली हौली चली गया जी कम, पर विलन वाले पासे इन्ना ज्यादा क्योंकि कॉमिक नाल रखे तो हौली हौली विलन हटता गया जी, कॉमिक वाले पासे नहीं आ गया जी, क्योंकि आम लाइफ दे विच मैं बहुत ज्यादा ऐसी कॉमेडी का जिन्ने भी यूनिवर्सिटी लेवल दे शरारती बहुत सी जी जी। आप गल करते तुहाडी आने वाली फिल्म बैंड बाजा की, यह फिल्म किन्ने प्रोड्यूस की, आप म्यूजिक की भी गलबात करनी, यदि शूटिंग कितने हुई है, तो सारा जो तजुर्बा इस फिल्म का, क्योंकि जो एक फिल्म की शूट चलती है और वो एक विआर गए माहौल हों सारा तेरे कलाकारा दे नाल तेरी बाउंडिंग किदां दी है, सो इस फिल्म के जिहड़े दिलचस्प जिहड़े अनुभव है वो भी नाल दी नाल सांझे करो। हाँ जी, साडी फिल्म आउण लगी है जी बैंड बाजे, 15 मार्च में रिलीज़ होनी है जी, दो प्रोडक्शन हाउसिस ने बनाई है जी, एक तो जितेंद्र शाह होनी, क्योंकि सारे जानते हैं उन्होंने बहुत तकड़े म्यूजिक डायरेक्टर ने जी, उन्होंने शाह एंड शाह कंपनी है ना, ठीक है जी, जितेंद्र शाह जी होनी, एंड ए एडवाइजर जी, इन्होंने कैरी ऑन जट्टा बनाई से, बधाई है जी, बधाई मेरे नाल बनाई जी, अतुल भल्ला होने जी,
ਤਾਂ ਇਹ ਦੋ ਕੰਪਨੀਆਂ ਨੇ ਮਿਲ ਕੇ ਫਿਲਮ ਬਣਾਈ ਹੈ ਜੀ ਬੈਂਡ ਵਾਜੇ ਜੀ। ਇਹ ਦੋ ਮੁਲਕਾਂ ਦੀ ਸਟੋਰੀ ਹੈਗੀ ਹੈ ਜੀ, ਪਾਕਿਸਤਾਨ ਅਤੇ ਹਿੰਦੁਸਤਾਨ ਦੀ। ਅਤੇ ਜਦੋਂ ਹੁਣ ਆਹ ਸਰਹੱਦ 'ਤੇ ਥੋੜ੍ਹਾ ਜਿਹਾ ਮਾਹੌਲ ਗਰਮਾ ਗਿਆ ਸੀਗਾ ਜੀ, ਤਾਂ ਉਸ ਨੂੰ ਲੈ ਕੇ ਸਾਡੀ ਫਿਲਮ ਦਾ ਥੋੜ੍ਹਾ ਮੋਟਾ ਸਾਨੂੰ ਆਪਣੇ ਆਪ ਛੇੜਛਾੜ ਵੀ ਕਰਨੀ ਪਈ, ਪਤਾ ਨਹੀਂ ਕਿਉਂਕਿ ਸਾਰੇ ਹਿੰਦੁਸਤਾਨ ਦੇ ਵਿੱਚ ਬੈਨ ਕਰ ਦਿੱਤੇ ਗਏ ਸੀਗੇ ਸਾਰੇ ਉਹਨਾਂ ਦੇ ਆਰਟਿਸਟ ਵੀ, ਉਹਨਾਂ ਦੀਆਂ ਮੂਵੀਜ਼ ਜਾਂ ਉਹਨਾਂ ਦੇ ਆਰਟਿਸਟ ਨਹੀਂ ਕੋਈ ਪੰਜਾਬ ਦੇ ਵਿੱਚ ਬੁਲਾਊਗਾ, ਨਾ ਕੋਈ ਉੱਦਾਂ ਦੀ ਮੂਵੀ ਅਸੀਂ ਲੱਗਣ ਦੇਣੀ ਹੈ ਜੀ। ਸੋ ਸਾਡੇ ਉੱਦਾਂ ਦੇ ਮਾਹੌਲ ਦੇ ਨਾਲ ਇਹ ਬਣੀ ਹੋਈ ਸਕ੍ਰਿਪਟ ਸੀਗੀ ਜੀ, ਅਸੀਂ ਪਹਿਲਾਂ ਫਿਲਮਾਂਕਣ ਕਰ ਲਿਆ ਸੀ ਔਰ ਤਿੰਨ ਜਗ੍ਹਾ 'ਤੇ ਇਹਦਾ ਤਿੰਨ ਸ਼ਡਿਊਲ ਦੇ ਵਿੱਚ ਇਹਦਾ ਅਸੀਂ ਫਿਲਮਾਂਕਣ ਕੀਤਾ ਜੀ, ਪਹਿਲਾਂ ਪੰਜਾਬ ਦੇ ਵਿੱਚ, ਫਿਰ ਇੰਗਲੈਂਡ ਦੇ ਵਿੱਚ, ਅਤੇ ਫਿਰ ਮੁੜ ਕੇ ਪੰਜਾਬ ਦੇ ਵਿੱਚ ਸ਼ੂਟ ਹੋਈ ਹੈ ਇਹ ਮੂਵੀ ਜੀ। ਸੋ ਸਾਨੂੰ ਉਹ ਥੋੜ੍ਹੀ ਮੋਟੀ ਕਿਉਂਕਿ ਜਿਹੜੀਆਂ ਕਾਪੀਜ਼ ਨੇ ਉਹ ਪਹਿਲਾਂ ਕੱਢਣੀਆਂ ਪੈਂਦੀਆਂ ਨੇ ਸੈਂਸਰ ਕਰਾਉਣ ਵਾਸਤੇ, ਸਾਨੂੰ 15-20 ਦਿਨ ਕਾਪੀ ਪਹਿਲਾਂ ਕੱਢਣੀ ਪੈਂਦੀ ਹੈ ਤਾਂ ਕਿ ਸੈਂਸਰ ਹੋ ਜੇ, ਹੈ ਨਾ ਜੀ, ਸਿਨੇਮਾ ਘਰ ਵਿੱਚ ਲੱਗੂਗੀ ਜੀ। ਤਾਂ ਉਹਦੇ ਨਾਲ ਸਾਨੂੰ ਥੋੜ੍ਹਾ ਮੈਨੂੰ ਆਪਣੇ ਦਿਲੋਂ ਇਹ ਜ਼ਰੂਰ ਹੈ ਕਿ ਵੀ ਸਾਡੀ ਫਿਲਮ ਨੂੰ ਥੋੜ੍ਹਾ ਜਿਹਾ ਸਾਨੂੰ ਛੇੜਛਾੜ ਕਰਨਾ ਪਿਆ, ਜਿਹੜੇ ਉਹ ਸਾਡੇ ਡਾਇਲੋਗ ਸੀ ਸਾਨੂੰ ਕਿਤੇ ਨਾ ਕਿਤੇ ਉਹ ਕੱਟਣੇ ਪਏ ਨੇ। ਉਦੋਂ ਥੋੜ੍ਹੀ ਤਕਲੀਫ ਨਹੀਂ ਹੁੰਦੀ ਕਿ ਵੀ ਇਹ ਤਾਂ ਯਾਰ ਪੰਚ ਪੁਆਇੰਟ ਹੈ, ਇਹ ਨਹੀਂ ਕਰਨਾ ਜੀ ਬਿਲਕੁਲ, ਕਿਉਂਕਿ ਕਈ ਵਾਰੀ ਕਲਾਈਮੈਕਸ ਤੁਹਾਡਾ ਉਸ ਚੀਜ਼ 'ਤੇ ਖੜਾ, ਉਸ ਚੀਜ਼ 'ਤੇ ਖੜਾ ਉਹਨਾਂ ਚੀਜ਼ਾਂ ਨਾਲ, ਕਿਉਂਕਿ ਹੁਣ ਪਰ ਜਦੋਂ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਨੇ, ਹੈ ਨਾ ਜੀ, ਤਾਂ ਸਾਰਾ ਚਲੋ ਚੱਲਦਾ ਰਹਿੰਦਾ, ਪਾਰਟ ਆਫ ਲਾਈਫ ਜੀ। ਅਤੇ ਇਹ ਫਿਲਮ ਜੀ ਤੁਹਾਨੂੰ ਦੱਸਿਆ ਤਿੰਨ ਵਾਰੀ ਫਿਲਮਾਂਕਣ ਹੋਇਆ ਇਹਦਾ ਜੀ, ਅਤੇ ਇਹਦੇ ਵਿੱਚ ਹੋਰ ਜਿਹੜੇ ਤੁਹਾਡੇ ਸਹਿ ਕਲਾਕਾਰ ਨੇ ਉਹਨਾਂ ਬਾਰੇ ਵੀ ਜੀ, ਮੈਂਡੀ ਤੱਖੜ ਹੋਣੀ ਨੇ ਜੀ ਮੇਨ ਲੀਡ ਦੇ ਵਿੱਚ, ਅਤੇ ਉਸ ਤੋਂ ਬਾਅਦ ਜਸਵਿੰਦਰ ਭੱਲਾ ਸਾਹਿਬ, ਗੁਰਪ੍ਰੀਤ ਘੁੱਗੀ ਸਾਹਿਬ ਜੀ, ਅਤੇ ਮੈਡਮ ਨਿਰਮਲ ਰਿਸ਼ੀ ਜੀ, ਕਿਆ ਬਾਤ ਹੈ, ਕੌਸ਼ਲ ਮੈਡਮ, ਸੀਮਾ ਕੌਸ਼ਲ ਮੈਡਮ, ਰੁਪਿੰਦਰ ਜੀ, ਤਰੂਪੀ ਜੀ ਹੈਗੇ ਨੇ ਬਿਲਕੁਲ ਜੀ, ਆਪਣੇ ਬਰਨਾਲੇ ਤੋਂ ਸਾਡੇ ਸੀਨੀਅਰ ਸੀਗੇ ਬਿਲਕੁਲ ਜੀ, ਉਹ ਵੀ ਹੈਗੇ ਨੇ, ਅਤੇ ਇੱਕ ਰੁਪਿੰਦਰਜੀਤ ਸ਼ਰਮਾ, ਤਰੂਪੀ ਅਤੇ ਜੱਗੀ ਧੂਰੀ ਜੀ, ਇਹ ਦੋ ਭਰਾ ਨੇ ਸਾਡੇ ਥੀਏਟਰ ਡਿਪਾਰਟਮੈਂਟ ਦੇ, ਮੇਰੇ ਜੂਨੀਅਰ ਨੇ, ਇੱਕ ਕੈਨੇਡਾ ਹੀ ਰਹਿੰਦਾ ਜੀ ਸਰੀ, ਅਤੇ ਇੱਕ ਮੇਰੇ ਨਾਲ ਉੱਥੇ ਅਸੀਂ ਥੀਏਟਰ ਕਰਦੇ ਹਾਂ। ਸੋ ਇਹ ਫਿਲਮ ਕੋਈ ਵਿਆਹ ਦੀ ਕਹਾਣੀ 'ਤੇ ਆਧਾਰਿਤ ਹੈ, ਕਿਉਂਕਿ ਨਾਂ ਤੋਂ ਲੱਗਦਾ ਬੈਂਡ ਵਾਜਾ? ਨਾ ਨਾ, ਉਹ ਐਕਚੁਅਲੀ ਮੈਂ ਉਹੀ ਬਦਨਾਮ ਬੋਲਿਆ, ਸਾਰੇ ਕਹਿੰਦੇ ਨੇ ਵਿਆਹ ਦੀਆਂ ਫਿਲਮਾਂ ਬਣਾਉਂਦਾ ਇਹ, ਇੱਦਾਂ ਦਾ ਕੋਈ ਇਸ਼ੂ ਨਹੀਂ ਜੀ। ਐਕਚੁਅਲੀ ਇੱਕ ਪੂਰੇ ਕਰੀਅਰ ਦਾ ਇੱਕ ਉਹ ਸ਼ੋਅ ਕਰਦੀ ਹੁੰਦੀ ਹੈ, ਕੋਈ ਵੀ ਮੂਵੀ ਹੋਵੇ ਨਾ, ਕੋਈ ਵੀ ਫਿਲਮ ਕੱਢ ਕੇ ਦੇਖੋ, ਉਹ 'ਚ ਵਿਆਹ ਦਾ ਹੁੰਦਾ ਹੀ ਹੁੰਦਾ ਜੀ, ਕਿਉਂਕਿ ਵਿਆਹ ਟੋਟਲ ਜ਼ਿੰਦਗੀ ਦੇ ਵਿੱਚ ਜਿਹੜੀ ਆਪਣੀ ਜ਼ਿੰਦਗੀ ਹੈ ਜੀ, ਉਹਨੂੰ ਦਰਸਾਉਂਦੀ ਇੱਕ ਫਿਲਮ ਹੁੰਦੀ ਹੈ, ਜਿਹਦੇ ਨਾਲ ਤੁਸੀਂ ਮੇਲ ਕਰ ਸਕੋ ਵੀ ਹਾਂ ਇਸ ਬੰਦੇ ਨਾਲ ਇੱਦਾਂ ਇੱਦਾਂ ਹੋਇਆ। ਤਾਂ ਉਹ ਸਾਰੀ ਲਾਈਫ ਦੇ ਵਿੱਚ ਇੱਕ ਪਾਰਟ, ਜਿਹੜਾ ਇੱਕ ਦਿਨ ਦਾ, ਜੇ ਸਮਝ ਲਓ 100 ਸਾਲ ਦੀ ਜ਼ਿੰਦਗੀ ਜਾਂ 50 ਸਾਲ ਦੀ ਜਾਂ 60 ਸਾਲ ਦੀ ਬੰਦੇ ਦੀ ਜ਼ਿੰਦਗੀ ਲਾ ਲਓ, ਤਾਂ ਇੱਕ ਦਿਨ ਦਾ ਵਿਆਹ ਦਾ ਪਾਰਟ ਵੀ ਆਉਂਦਾ। ਤਾਂ ਉਸ ਚੀਜ਼ ਨੂੰ ਐਕਚੁਅਲੀ ਮੇਰੀਆਂ ਫਿਲਮਾਂ ਰਿਲੇਟ ਕਰਦੀਆਂ ਨੇ ਖੁਸ਼ੀਆਂ ਖੇੜਿਆਂ ਦੇ ਨਾਲ, ਥੋੜ੍ਹੇ ਮੈਂ ਹਾਸਿਆਂ ਨਾਲ ਭਰਪੂਰ ਫਿਲਮ ਬਣਾਉਣਾ ਜੀ, ਕਿਉਂਕਿ ਸਟ੍ਰੈਸ ਆਮ ਲਾਈਫ ਦੇ ਵਿੱਚ ਬਿਲਕੁਲ ਠੀਕ, ਤਾਂ ਉਹ ਵਿਆਹ ਵਰਗੀ ਖੁਸ਼ੀ ਕਿਤੇ ਵੀ ਨਹੀਂ ਹੋ ਸਕਦੀ। ਤਾਂ ਉਹ ਇੱਕ ਦਿਨ ਵਾਲਾ ਪਾਰਟ ਵਿੱਚ 5 ਮਿੰਟ ਦਾ ਜਿਹੜਾ ਉਹ ਰੱਖ ਲਿਆ ਜਾਂਦਾ, ਤਾਂ ਉਹ ਕਈ ਵਾਰੀ ਉਸ ਚੀਜ਼ ਨੂੰ ਸਾਰੇ ਲੋਕ ਉਹ ਰਿਲੇਟ ਕਰਦੇ ਨੇ ਵੀ ਨਹੀਂ ਯਾਰ ਇਹਦੀ ਫਿਲਮ ਆ ਵੀ ਵਿਆਹ ਵਾਲੀ ਆ ਗਈ, ਪਰ ਟੋਟਲੀ ਕੰਸੈਪਟ ਜਿਹੜਾ ਬਿਲਕੁਲ ਡਿਫਰੈਂਟ ਫਿਲਮ ਹੈਗੀ ਹੈ ਜੀ, ਅਤੇ ਸਾਰਿਆਂ ਨੂੰ ਬਹੁਤ ਪਸੰਦ ਆਊਗੀ। ਅਤੇ ਜੇ ਤੁਸੀਂ ਕੈਰੀ ਔਨ ਜੱਟਾ ਲਿਟ ਲਿਟ ਕੇ ਦੇਖੀਏ ਤਾਂ ਇਹ ਛਾਲਾ ਮਾਰ ਮਾਰ ਦੇਖੋਗੇ ਜੀ। ਕੀ ਬਾਤ ਹੈ, ਬਹੁਤ ਖੂਬ। ਅੱਛਾ, ਥੋੜ੍ਹਾ ਜਿਹਾ ਹਟਵਾਂ ਜਿਹਾ ਸਵਾਲ ਹੈ, ਥੋੜ੍ਹਾ ਜਿਹਾ, ਹੈ ਨਾ, ਇਹ ਸਵਾਲ ਮੇਰਾ ਇਹ ਹੈ ਕਿ ਆਮ ਤੌਰ 'ਤੇ ਜਿਹੜੇ ਤੁਸੀਂ ਕਲਾਕਾਰਾਂ ਦੇ ਨਾਲ ਆਏ, ਸਾਰੇ ਬੜੇ ਮਤਲਬ ਆਪਣੇ ਆਪ ਦੇ ਵਿੱਚ ਨਿਪੁੰਨ ਕਲਾਕਾਰ ਨੇ, ਰੁਪਿੰਦਰ ਰੂਪੀ ਜੀ ਦੀ ਗੱਲ ਕੀਤੀ, ਨਿਰਮਲ ਰਿਸ਼ੀ ਮੈਡਮ ਦੀ ਗੱਲ ਕੀਤੀ ਹੈ, ਘੁੱਗੀ ਭਾਈ ਦੀ ਗੱਲ ਕੀਤੀ ਹੈ, ਪਰ ਕਈ ਵਾਰੀ ਐਜ਼ ਏ ਦਰਸ਼ਕ ਜਾਂ ਮੈਂ ਜਦੋਂ ਆਮ ਲੋਕਾਂ ਦੇ ਨਾਲ ਵਿਚਰਦਾ ਵਰਤਦਾ ਹੈ, ਅਤੇ ਉਦੋਂ ਕਈ ਵਾਰੀ ਸੁਣਨ ਨੂੰ ਮਿਲਦਾ ਕਿ ਪੰਜਾਬੀ ਫਿਲਮਾਂ ਜਿਹੜੀਆਂ ਬਹੁਤ ਆਦ ਦੇ ਵਿੱਚ ਬਣ ਰਹੀਆਂ ਨੇ, ਚੰਗੀਆਂ ਵੀ ਬਣ ਰਹੀਆਂ, ਲੇਕਿਨ ਕਲਾਕਾਰ ਚਾਹੇ ਚੰਗੇ ਨੇ ਲੇਕਿਨ ਬਹੁਤ ਰਿਪੀਟ ਕੀਤੇ ਜਾ ਰਹੇ ਨੇ, ਔਰ ਮੈਂ ਤੁਹਾਡੇ ਕੋਲ ਪੁੱਛਦਾ ਕਿ ਵੀ ਕੀ ਤੁਹਾਨੂੰ ਫਿਲਮ ਵੇਚਣ ਲੱਗਿਆ ਇਹਨਾਂ ਕਲਾਕਾਰਾਂ ਦੀ, ਜਿਹੜੀ ਇੱਕ ਤਾਂ ਐਕਟਿੰਗ ਵੱਲੋਂ ਤਾਂ ਚਲੋ ਹੈ ਹੀ ਨਹੀਂ ਸਥਾਪਿਤ, ਅਤੇ ਦੂਸਰਾ ਜਿਹੜਾ ਇਹਨਾਂ ਦਾ ਨਾਂ ਚੱਲਦਾ ਕਿ ਫਿਲਮ ਵੇਚਣ ਲੱਗਿਆ ਜਾਂ ਫਿਲਮ ਚੱਲਣ ਲੱਗਿਆ ਕਿ ਵੀ ਇਹਨੂੰ ਸਿਨੇਮਾਘਰਾਂ ਤੱਕ ਲੋਕ ਇਹਨਾਂ ਦੇ ਨਾਂ ਜਿਹੜੇ ਆ ਵੀ ਦਰਸ਼ਕ ਆਉਂਦੇ ਖਿੱਚ ਕੇ, ਤੁਹਾਨੂੰ ਲੱਗਦਾ ਨਹੀਂ ਕਿ ਬਹੁਤ ਜ਼ਿਆਦਾ ਤੁਸੀਂ ਥੀਏਟਰ ਆਰਟਿਸਟ ਹੋ, ਬਹੁਤ ਸਾਰੇ ਥੀਏਟਰ ਆਰਟਿਸਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮੈਂ ਨਿੱਜੀ ਤੌਰ 'ਤੇ ਜਾਣਦਾ ਕਿ ਉਹਨਾਂ ਨੂੰ ਫਿਲਮਾਂ ਦੇ ਵਿੱਚ ਜਿੱਦਾਂ ਤੁਸੀਂ ਆਪ ਹੁਣ ਮੇਰੇ ਖਿਆਲ ਨਾਲ ਤੁਹਾਡੀ ਆਪਣੀ ਵੀ ਕੰਪਨੀ ਹੈਗੀ ਵੀ ਮੌਕਾ ਦੇਣਾ ਚਾਹੀਦਾ ਜੀ ਨਵੇਂ ਕਲਾਕਾਰਾਂ ਨੂੰ? ਬਿਲਕੁਲ, ਉਹਦੇ ਵਿੱਚ ਨਾ ਚੱਕਰ ਮੈਂ ਸਮਝਦਾ ਦਰਸ਼ਕਾਂ ਦੀ, ਦਰਸ਼ਕਾਂ ਨੂੰ ਅਵੇਅਰ ਹੋਣਾ ਪੈਣਾ, ਕਿਉਂਕਿ ਕਈ ਫਿਲਮਾਂ ਇੱਦਾਂ ਦੀਆਂ ਬਣੀਆਂ ਨੇ ਜਿਨ੍ਹਾਂ ਨੂੰ ਦਰਸ਼ਕ ਦੇਖਣ ਹੀ ਨਹੀਂ ਗਏ ਜੀ। ਜੀ ਜਦੋਂ ਅਸੀਂ ਥੀਏਟਰ ਆਰਟਿਸਟਾਂ ਨਾਲ ਜਾਂ ਨਵੇਂ ਆਰਟਿਸਟਾਂ ਨਾਲ ਕੰਮ ਕਰਦੇ, ਕਿਉਂਕਿ ਸਾਡੇ ਨਾਲੋਂ ਵੀ ਵਧੀਆ ਆਰਟਿਸਟ ਪੈ ਨੇ, ਬਹੁਤ ਜ਼ਿਆਦਾ ਕਮਾਲ ਦੇ ਆਰਟਿਸਟ ਪੈ ਨੇ, ਅਸੀਂ ਤਾਂ ਕੁਛ ਵੀ ਨਹੀਂ, ਹੈ ਨਾ ਜੀ, ਪਰ ਉਹ ਜਦੋਂ ਉਹਨਾਂ ਦੀ ਫਿਲਮ ਲੱਗਦੀ ਹੈ, ਕਿਉਂਕਿ ਉਹਨਾਂ ਦਾ ਹਜੇ ਨਾਮ ਨਾ ਨਹੀਂ ਉਹਨਾਂ ਨੇ ਖੱਟਿਆ ਹੁੰਦਾ, ਨਾਂ ਨਹੀਂ ਬਣਾਇਆ ਹੁੰਦਾ, ਫੈਨ ਫੋਲੋਇੰਗ ਦੇ ਪਿੱਛੇ ਲਿਸਟ ਨਹੀਂ ਹੁੰਦੀ ਵੱਡੀ ਸਾਰੀ, ਬਿਲਕੁਲ ਠੀਕ, ਫਿਰ ਉਹ ਸਾਰੇ ਲੋਕ ਨਾ ਪਹਿਲਾਂ ਜਿਹੜਾ ਆਪਣਾ ਵਿਊਰ ਹੈ, ਜਿਹੜਾ ਦਰਸ਼ਕ ਹੈ ਜੀ, ਉਹ ਫਿਲਹਾਲ ਆਪਾਂ ਦੇਖਦੇ ਹਾਂ ਜੀ ਪੋਸਟਰ ਜਾਂ ਪ੍ਰੋਮੋ ਦੇਖਦੇ ਹਾਂ, ਇਹਦੇ ਵਿੱਚ ਕੌਣ ਕੌਣ ਹੈ, ਉਹ ਤੁਹਾਡੇ ਪਸੰਦੀਦਾ ਕੁਝ ਕਲਾਕਾਰ ਹੁੰਦੇ ਨੇ, ਬਿਲਕੁਲ ਠੀਕ, ਤੇ ਉਹਨਾਂ ਨੂੰ ਦੇਖ ਕੇ ਤੁਸੀਂ ਇੱਕ ਵਾਰੀ ਆਉਂਦਾ ਚੱਲ ਸਿਨੇਮਾ ਘਰ ਤੱਕ ਤਾਂ ਦੇਖਾਂਗੇ ਯਾਰ, ਜਾਵਾਂਗੇ, ਇਹਨਾਂ ਨੇ ਪਿਛਲੀਆਂ ਫਿਲਮਾਂ ਉਹਨਾਂ ਦਾ ਰੈਕਰਡ ਬੋਲਦਾ ਹੁੰਦਾ ਵੀ ਇਹਨਾਂ ਨੇ ਇੰਨਾ ਵਧੀਆ ਕੰਮ ਕੀਤਾ,
कितने ना कितने टेकन फॉर ग्रंटेड अपने आप लै जाने भी नहीं यार आप जाना नहीं, पर इन गुड स्क्रिप्ट इन्नी वधिया एक्टिंग कई रही वो जाया चली जाती है और प्रोड्यूसर मुड़ के एफर्ट ही नहीं करता जिंदगी लक टुट जाता भी दोबारे आप फिल्म बनाई। मैं इतने आने लगा कि कई बार स्क्रिप्ट भी अच्छी होंगी फिल्म भी अच्छी बनी होंगी और तुम्हें लगता कि प्रमोशन करके घट रह जाती है। नहीं प्रमोशन करके नहीं, जी गल पहला करते हैं भी जो नवे आर्टिस्ट ने क्यों नहीं अगे आ रहे क्योंकि उन्होंने फिल्म आप देख ही नहीं जाते, फिल्म इन्नी सोहनी बनी होंगी है और प्रमोशन भी इन्नी सोहनी करते हैं पर तुम्हें ए लगता भी नवे बंद फिल्म है इन्होंने बिलीव नहीं करना आप जी, पर जो आप बिलीव करना शुरू कर देंगे जावे एक करी देखा हाँ फिर नकारो जो थोड़ा फिल्म माड़ी लगती है जी फिर नवे आर्टिस्ट अगे आवे जी। मैं पूछना चाहना कि जी प्रमोशन की गल की है कि भी जो कई बार फिल्म बन जाती है तो प्रमोशन भी वधिया कहते होंगी है, लेकिन मैं बहुत सारिया फिल्मा ये देखना कि पिछले साल के कई बार जो रिव्यूज़ पढ़ी दिया कि भी 90 फिल्म बनिया ने प्रोड्यूसर जे फिल्म बना रहे हैं एक एक दो दो फिल्म बना के हट जाते हैं है ना, तो मतलब उन्हों का इस्तेमाल किया जाता जो तथाकथित अखौती फिल्म बनाने वाले ने। सो पंजाबी सिनेमे का मैं भविख जानना चाहना कि भी ये हूँ तो चलो ठीक है भी कई बार सुनने मिलता भी सिखर ते है कई ये लुकवियां लू पुल्स गल् बहुत ने, यह सवाल थोड़ा जहा कौड़ा भी है लेकिन समा जरा भी एक मैं दसदा जी सब तो पंजाबी फिल्म इंडस्ट्री में सब तो ज्यादा जी मार बन मार पै रही है जी, जी। क्योंकि है तो नहार के उ पूरा बुलंदियों के उत्ते जी, जी। पर लत्त खिंचन वाले खिंची हो जाते हैं बिल्कुल ठीक, तो साड़िया फिल्म लगी से हूँ काला शाह काला जी मेरे ख्याल 2300 साइट्स के उत्तों असी डिलीट कराई है जी 2300 साइट्स बिल्कुल ठीक, तो एक साडा दर्शक ने जिन्हां दे विच सिनेमा दे घरां विच भी असीं पॉइंट कीते ने जाके जी सिनेमा घर दे विच इत्थे मोबाइल ला के लाइव होके जी फेसबुक ते आपदी लाइव होके ते आप फिल्म देख रहे ने नाल फिल्म चल रही है लोग इंजॉय करो जिहड़े 10-15 जुड़े हुए जी, वो मैनूं समझ नहीं आई भी वो लोग करना की चाहुंदे आ बिल्कुल ठीक। हुण तुहाडे IPTV इत्थे IPTV है बॉक्स जिहड़ा कहुंदा जी वो तो साड़ी 10 जणां दी फिल्म पई है जी, फिर प्रोड्यूसर किदां सेफ हो एक वधिया फिल्म बना के भी कित्थों आपां जिउंदे रह जांगे जी। और मैं तो यही कहांगा आपदे दर्शकां अगे यही बेनती करदा आप सब दे चरणां विच जे तुसीं पंजाबी जुबान नूं पंजाबी कल्चर नूं पंजाबी फिल्म इंडस्ट्री नूं जी है तो बुलंदियां ते होर बुलंदियां ते देखना चाहुंदे तां इन्हां चीज़ां दा साथ ना दिओ क्योंकि साउथ दी इंडस्ट्री तां ही वड्डी है वो किसों कहों दे भी नहीं इत्थे तां संगत कोई कोई अपने रिश्तेदार है जिवें जाणदे जिवें तुसीं मैनूं जाणदे हो यार मैनूं दी फिल्म है यार आपां नहीं लैणी यार IPTV ते जिहड़ा तुहाडा बॉक्स है उहते नहीं देखणी सिनेमा घर दे विच जाके देख के आउणी है, पर कई जिहड़े तुहाडे रिलेशन दे विच नहीं भी है कि पंजाबी जुबान नूं प्यार करो पंजाबी कल्चर नूं प्यार करो पंजाबी फिल्म इंडस्ट्री नूं प्यार करो जाके सिनेमा घर दे विच ही देख के आओ। बिल्कुल ठीक, नाले आपां क्लीयर हो चुके जिन्ने भी पायरेटेड साइट्स ने जां पायरेटेड जिन्ने DVD CDs आउंदियां ने जी वो टेररिज्म नूं फंड कर रहे आपां बिल्कुल ठीक है ना, तो आपां उहनां चीज़ां दा साथ ना दईए जी जे होर बुलंदियों के उत्ते देखना चाहते हो पंजाबी जुबान में मैं तो यही कहना भी जाके सिनेमा घर भर दो जी सिनेमा घर में जाके देख के आया जो भी टाइम मिलता। इस वक्फे तो बाद एक बार फिर तुहाडे सारयां दा स्वागत है जी प्रोग्राम प्राइम जिंदगी विच और अज साडे नाल पंजाबियां दे महबूब कलाकार बीनू ढिल्लो जी हाज़र ने और उन्हां दी फिल्म 15 मार्च नूं रिलीज़ हो रही है जी बैंड वाजा, तो आओ उन्हां दे कोलों इस फिल्म बारे जानदे हां। बीनू भाजी इस फिल्म दियां जिहड़ियां तुहानूं लगदियां अंदरूनी तौर पर भी की खासियतां ने फिल्म नूं जदों तुसीं शूट कर रहे सीगे कई वारी मन दे विच बड़े वलवले उठदे हुंदे आ कि भी आह वाला सीन कीता तो यह तो बाक मालूगा, कई वारी सच मैं ये भी पुछना चाहुंदा कि भी कई वारी जदों कलाकार फिल्म करदा तुहानूं लगदा फिल्म हिट होगी पर कई वारी उल्टा भी हो जांदा, कई वारी लगदा फिल्म हिट नहीं होनी वो सुपर हिट हो जांदी है, इहदे बारे वी थोड़े दसो। नहीं एक्चुअली फिल्म बनते हुए ना तो पता लग जाता जी फील आ जाता जिवें कहिंदे पिंड दा घहारियां तो पता लग जाता जी जिहड़ा दर्शक है वह एक प्रोमो तो डिसाइड करता भी फिल्म देखनी है कि नहीं देखनी जी, तो उवें सानू ना 2-4 दिन ला के जो स्क्रिप्ट पहले तो स्क्रिप्ट चूज करी दी है भी कितना दी है स्टोरी कितना दी है जी, फिर हाँ कर दी है जी, फिर जो फिल्मांकन होना शुरू होंगे जो आप सैट के उत्ते जाने जी, जी। फिर वो 4 दिन पता लग जाता फील कि आ रहा भी सारे वैरी गुड यार वैरी गुड जो इनपुट सब दिन पाने लग जाते हैं सारे एक फैमिली तरह बॉन्डिंग की तरह काम करते हैं पूरी बॉन्डिंग हो जाती है फिर उदो पता लग जाता फील आ जाता। सो ये उन्होंने फिल्मों में ही फिल्म है जी, एंड दूजी गल मैं दसनी चाहना जी कोई भी फिल्म इंडस्ट्री या जी फिल्म माध्यम है जी ये एंटरटेनमेंट का माध्यम है जी, इन उस तौर पर लिया जाए जो थोड़ा जो 2-2.5 घंटे थोड़ा हसाने या रवाने जा जो भी है तुसी अपना जिवें रोजमर्रा अजक स्ट्रैसफुल लाइफ है जी बिल्कुल जिवें मैं तो यही कहूंगा ये फिल्म बारे जी, जिवें अपने कंप्यूटर दे विच इक रीफ्रैश बटन हुंदा ना जी, जी जदों रीफ्रैश बटन दब दिता जांदा है तां कंप्यूटर दी जिन्नी भी साइट्स जिन्नी भी विंडो हुंदियां ने जी वो फास्ट हो जांदियां उहनां दी स्पीड फास्ट हो जांदी जी, जे तुसी जिंदगी दी स्पीड फास्ट करना चाहुंदे हो तां साडी बैंड वाजे फिल्म आ रही है 15 मार्च नूं जी
ਤਾਂ ਤੁਹਾਡਾ ਰੀਫਰੈਸ਼ ਬਟਨ ਵਾਲਾ ਉਦਣ ਜਿਹੜਾ ਬਟਨ ਹੈ ਉਹ ਦਬਾਇਆ ਜਾਊਗਾ ਅਤੇ ਜ਼ਿੰਦਗੀ ਦੀ ਸਪੀਡ ਤੁਹਾਡੀ ਤੇਜ਼ ਹੋ ਜਾਊਗੀ। ਜੀ ਮੈਨੂੰ ਭਾਅ ਜੀ, ਜਦੋਂ ਮੈਂ ਪ੍ਰੋਗਰਾਮ ਸ਼ੁਰੂ ਕੀਤਾ ਉਦੋਂ ਮੈਂ ਜਾਣਨਾ ਚਾਹੁੰਦਾ ਸੀ ਤੁਹਾਡੇ ਜੀਵਨ ਦੀਆਂ ਕੁਛ ਉਹ ਗੱਲਾਂ, ਕੌੜੀਆਂ ਮਿੱਠੀਆਂ ਯਾਦਾਂ, ਕਿਉਂਕਿ ਇਸ ਮੁਕਾਮ 'ਤੇ ਆ ਕੇ ਜਦੋਂ ਮੈਂ ਕਿਹਾ ਸੀ ਬੰਦਾ ਫਾਈਨੈਂਸ਼ਲੀ ਤੌਰ 'ਤੇ ਵੀ ਸੈੱਟ ਹੋ ਜਾਂਦਾ, ਜਦੋਂ ਕਈ ਵਾਰੀ ਇਕੱਲੇ ਬੈਠੇ ਹੋਵੋ, ਆਤਮ ਚਿੰਤਨ ਕਰਦੇ ਹੋ, ਸਵੈ ਪੜਚੋਲ ਕਰਦੇ ਹੋ ਅਤੇ ਕਈ ਵਾਰੀ ਫਲੈਸ਼ਬੈਕ 'ਚ ਪਿੱਛੇ ਜਾਓ ਤਾਂ ਕੀ ਵਿਚਾਰ ਮਨ ਦੇ ਵਿੱਚ ਆਉਂਦੇ ਆ? ਮਤਲਬ ਕਹਿੰਦਾ ਹੁੰਦਾ ਨਾ ਬੰਦਾ ਸੈਟਿਸਫਾਈ ਫੀਲ ਕਰਦੇ ਹੋ, ਜਾਂ ਮਨ ਦੇ ਵਿੱਚ ਕਿਹੜੇ ਵਲਵਲੇ ਹੋ? ਤੁਸੀਂ ਮੇਰੀ ਸਵਾਲ ਮੇਰੇ ਖਿਆਲ ਨਾਲ ਸਮਝ ਹੀ ਗਏ ਹੋਣੇ ਆ। ਮੈਂ ਐਕਚੁਅਲੀ ਸੁਣਦਾ ਹੁੰਦਾ ਸੀਗਾ ਜੀ, ਸਾਰੇ ਜਣੇ ਬਚਪਨ ਮਿਸ ਕਰਦੇ ਆ ਨਾ ਆਪਦਾ, ਠੀਕ ਹੈ, ਤਾਂ ਫਲੈਸ਼ਬੈਕਸ ਉਹ ਚੱਲਦੇ ਰਹਿੰਦੇ। ਇੱਕ ਵਾਰੀ ਐਂ ਕਿਤੇ ਵੀ ਥੋੜ੍ਹਾ ਚਿਰ ਬੈਠਲਾ ਬੈਠੋ ਤਾਂ ਇੱਦਾਂ ਚੱਲਦੇ ਰਹਿੰਦੇ ਯਾਰ, ਵੀ ਉਹ ਦਿਨ ਵਾਪਸ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆ। ਕਈ ਵਾਰੀ ਨਾ ਉਹ ਖੇਡਦੇ ਹੁੰਦੇ ਜਦੋਂ ਕਹਿੰਦੇ ਪਾਪਾ ਪਾਪਾ ਕਹਿੰਦੇ ਸੀ ਤਾਂ ਬੜਾ ਸੁਖਾਲੇ ਰਹਿੰਦੇ ਸੀ, ਹੁਣ ਪਾਪਾ ਪਾਪਾ ਕਹਾਉਂਦੇ ਆ ਬੜਾ ਦੁੱਖ ਪਾਉਂਦੇ ਆ ਜੀ। ਤਾਂ ਉਦੋਂ ਰੋਟੀ ਪਾਣੀ ਦਾ ਫਿਕਰ ਹੀ ਨਹੀਂ ਹੁੰਦਾ, ਫੜ ਕੇ ਆਪੇ ਕੰਨੋਂ ਅੰਦਰ ਬਾੜਨਾ ਹੁੰਦਾ ਸੀ ਵੀ ਰੋਟੀ ਦਾ ਨਾ ਪਤਾ ਸੀ ਵੀ ਕਿਹੜੀ ਸਬਜ਼ੀ ਬਣਨੀ ਹੈ, ਕਿੱਥੋਂ ਲਿਆਂਦੀ ਹੈ, ਕਿੱਥੋਂ ਆਏ ਪੈਸੇ, ਕਿੱਥੇ ਕੀ ਗਿਆ, ਕੁਛ ਨਹੀਂ। ਤਾਂ ਉਹ ਖੇਡਣ ਦਾ ਹੀ ਸ਼ੌਂਕ ਹੁੰਦਾ ਸੀ ਆਲੇ ਦੁਆਲੇ ਤੁਰੇ ਫਿਰਨਾ, ਤਾਂ ਉਹ ਸਾਰੇ ਉਸ ਵੇਲੇ ਦੇ ਬਚਪਨ ਦੇ ਯਾਰ ਦੋਸਤ ਅਤੇ ਉਵੇਂ ਇੱਕ ਖੁੱਲੀਆਂ ਹਵਾਵਾਂ ਦੇ ਵਿੱਚ ਛਾਲਾਂ ਮਾਰਨ ਵਾਲੀ ਗੱਲ ਨਹੀਂ ਹੁੰਦੀ, ਤਾਂ ਉਹਨੂੰ ਬੜਾ ਮਿਸ ਕਰਦੇ ਆ ਜੀ। ਉਹ ਬੜਾ ਆਪਦੇ ਆਪ ਨੂੰ ਲੱਗਦਾ ਰਹਿੰਦਾ ਵੀ ਹਾਂ ਫਲੈਸ਼ਬੈਕਸ ਦੇ ਵਿੱਚ ਚੱਲਦਾ ਰਹਿੰਦਾ ਵੀ ਉਹ ਪਾਰਟ ਜ਼ਿੰਦਗੀ ਦਾ ਸੁਨਹਿਰੀ ਪਾਰਟ ਸੀ ਜੀ। ਪਰ ਇੱਕ ਜਦੋਂ ਸ਼ੋਹਰਤ ਬੰਦੇ ਕੋਲ ਆ ਜਾਂਦੀ, ਪੈਸਾ ਆ ਜਾਂਦਾ, ਉਸ ਸਟੇਜ 'ਤੇ ਆ ਕੇ ਬੰਦਾ ਫਿਰ ਕੀ ਫੀਲ ਕਰਦਾ ਹੈ? ਨਹੀਂ ਜੀ, ਜੋ ਤੁਹਾਨੂੰ ਲੋਕਾਂ ਨੇ ਪਹਿਚਾਨਣਾ ਸ਼ੁਰੂ ਕੀਤਾ, ਮੇਰੇ ਹਿਸਾਬ ਨਾਲ ਤਾਂ ਜੀ ਜਦੋਂ ਸ਼ੋਹਰਤ ਅਤੇ ਪੈਸਾ ਆਉਂਦਾ, ਸ਼ੋਹਰਤ ਖਾਸ ਕਰਕੇ ਮੈਂ ਸ਼ੋਹਰਤ ਦੀ ਗੱਲ ਕਰੂੰਗਾ, ਜਦੋਂ ਤੁਹਾਨੂੰ ਪਸੰਦ ਕਰਦੇ ਨੇ ਜਾਂ ਕਿਸੇ ਵੀ ਕਿਰਦਾਰ ਨੂੰ ਜਾਂ ਤੁਸੀਂ ਤੁਹਾਨੂੰ ਸ਼ੋਹਰਤ ਮਿਲਦੀ ਹੈ ਜੀ, ਤਾਂ ਉਦੋਂ ਜ਼ਿੰਮੇਵਾਰੀਆਂ ਹੋਰ ਵੱਧ ਜਾਂਦੀਆਂ ਨੇ ਜੀ। ਉਸ ਸ਼ੋਹਰਤ ਮਿਲਣੀ ਬੜੀ ਸੌਖੀ ਹੈ ਜੀ, ਸ਼ੋਹਰਤ ਨੂੰ ਮੇਨਟੇਨ ਕਰਨਾ ਬੜਾ ਔਖਾ ਹੈ ਜੀ। ਸੋ ਉਹੀ ਬਸ ਪਰਮਾਤਮਾ ਅੱਗੇ ਅਰਦਾਸ ਕਰਦਾ ਉਹਨਾਂ ਵੀ ਇਹੀ ਇਸੇ ਤਰ੍ਹਾਂ ਹੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਬਲ ਬਖਸ਼ੇ, ਵੀ ਹੋਰ ਮਿਹਨਤ ਨਾਲ ਕੰਮ ਕਰਾਂ ਤਾਂ ਕਿ ਮੇਰੇ ਜਿੰਨੇ ਵੀ ਮੇਰੇ ਵਿਊਅਰਸ ਨੇ, ਜਿੰਨੇ ਵੀ ਮੇਰੇ ਦਰਸ਼ਕ ਨੇ, ਉਹ ਕਦੇ ਵੀ ਮੇਰੇ ਤੋਂ ਡਿਸਪੁਆਇੰਟ ਨਾ ਹੋ। ਔਰ ਖਾਸ ਤੌਰ 'ਤੇ ਮੈਂ ਇਸ ਗੱਲ ਦਾ ਖਾਸ ਖਿਆਲ ਰੱਖਦਾ ਹੁੰਦਾ, ਕੋਈ ਵੀ ਮੇਰੀ ਫਿਲਮ ਹੋਵੇ ਤਾਂ ਕਦੇ ਵੀ ਮੈਂ ਸਭ ਤੋਂ ਪਹਿਲਾਂ ਇਹ ਸੋਚਦਾ ਹੁੰਦਾ ਵੀ ਕੀ ਮੈਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਇਹ ਮੂਵੀ ਦੇਖ ਸਕਦਾ ਜੀ। ਕਦੇ ਵੀ ਕਿਸੇ ਭਰਾ ਦੇ ਸਾਹਮਣੇ, ਭੈਣ ਨੂੰ ਅੱਖਾਂ ਨੀਵੀਆਂ ਨਾ ਕਰਨੀਆਂ ਪੈਣ, ਕਿਸੇ ਫਾਦਰ ਦੇ ਸਾਹਮਣੇ ਸਿਨੇਮਾ ਘਰ ਦੇ ਵਿੱਚੋਂ ਧੀ ਨੂੰ ਉੱਠ ਕੇ ਨਾ ਜਾਣਾ ਪਵੇ ਜੀ। ਪਹਿਲੀ ਵਾਰੀ ਤੁਹਾਨੂੰ ਕਦੋਂ ਮਤਲਬ ਮਹਿਸੂਸ ਹੋਇਆ ਕਿ ਵੀ ਹੁਣ ਲੋਕੀ ਮੈਨੂੰ ਪਛਾਣਨ ਲੱਗ ਪਏ? ਇੱਕ ਉਹ ਵੱਖਰੀ ਫੀਲਿੰਗ ਦੀ ਪਹਿਲੀ ਵਾਰੀ ਜਦੋਂ ਲੋਕੀ ਪਛਾਣਦੇ ਮੇਰੇ ਦਿਮਾਗ 'ਤੇ ਨਾ ਵੀਰੇ, ਹੁਣ ਵੀ ਜ਼ਿਆਦਾ ਨਹੀਂ ਚੜਿਆ ਹੋਇਆ, ਤਾਂ ਮੈਂ ਨਾ ਸੱਚੀ ਦਿਮਾਗ 'ਤੇ ਨਹੀਂ ਲੈਂਦਾ ਇਸ ਚੀਜ਼ ਠੀਕ ਹੈ। ਉਹ ਮੇਰੀ ਕਲਾ, ਉਹ ਕੰਮ ਹੈ, ਜਿਵੇਂ ਤੁਸੀਂ ਆਪਦਾ ਇਹ ਕੰਮ ਕਰ ਰਹੇ ਹੋ, ਇਹ ਕੰਮ ਹੈ। ਕੰਮ ਤੋਂ ਬਿਨਾਂ ਤੁਸੀਂ ਬੰਦੇ ਕਿੱਦਾਂ ਦੇ ਹੋ, ਇਨਸਾਨ ਕਿੱਦਾਂ ਦੇ ਹੋ, ਉਹ ਸਭ ਤੋਂ ਜ਼ਿਆਦਾ ਮੇਰੇ ਵਾਸਤੇ ਮਹੱਤਵਪੂਰਨ ਗੱਲ ਹੈ ਨਾ ਜੀ। ਤਾਂ ਹੁਣ ਵੀ ਮਿਲਦੇ ਆ, ਮੈਨੂੰ ਪਤਾ ਹੈ ਮੇਰੇ ਕੰਮ ਨੂੰ ਸਲਾਉਂਦੇ ਨੇ, ਉਹ ਮੇਰਾ ਕੰਮ ਕਰਕੇ ਜਿਹੜਾ ਮੈਂ ਕੰਮ ਸਿਨੇਮੇ 'ਤੇ ਕੀਤਾ ਸੀ ਉਹ ਮੇਰਾ ਕੰਮ ਹੈ, ਉਹਦੇ ਮੈਨੂੰ ਪੈਸੇ ਮਿਲਦੇ ਆ। ਇੱਕ ਮੈਨੂੰ ਚੁਣ ਲਿਆ ਜਾਂਦਾ ਵੀ ਇਸ ਫਿਲਮ ਲਈ ਤੁਹਾਨੂੰ ਇੰਨੇ ਪੈਸੇ ਦਿੱਤੇ ਜਾਣਗੇ ਜੀ, ਤੂੰ ਉਹ ਫਿਲਮ ਲਈ ਕੰਮ ਕਰਨਾ। ਉਹ ਸ਼ੋਹਰਤ ਨੂੰ ਉਹਨੂੰ ਮੈਂ ਆਪਦੇ ਦਿਮਾਗ 'ਤੇ ਚਾੜਨਾ, ਕਿਉਂਕਿ ਉਹ ਤਾਂ ਮੇਰਾ ਕੰਮ ਸੀ, ਉਹ ਕੰਮ ਉਦੋਂ ਬਿਨਾਂ ਮੈਂ ਕੌਣ ਹਾਂ ਜੀ। ਉਹ ਪਛਾਣਨ ਦੀ ਕੋਸ਼ਿਸ਼ ਕਰਦਾ ਉਹਨੂੰ, ਮੈਂ ਮੇਰੇ ਸਮਝਦਾ ਮੇਰੇ ਕਾਫੀ ਹੱਦ ਤੱਕ ਮੇਰੇ ਕੰਨਾਂ ਦੇ ਦਿਮਾਗ ਵਿਚਾਲੇ ਹੀ ਹੈ ਦਿਮਾਗ ਜੀ, ਮੈਂ ਸੈਟ ਹੀ ਰੱਖਿਆ ਹੋਇਆ ਆਪਦੇ ਆਪ ਨਹੀਂ। ਇਹ ਫਿਰ ਤੁਹਾਡਾ ਇੱਕ ਪ੍ਰਸ਼ੰਸਾ ਤੁਹਾਡੀ ਕਰਨੀ ਬਣਦੀ, ਤੁਹਾਡਾ ਇੱਕ ਇਨਸਾਨੀ ਗੁਣ ਆ। ਅਤੇ ਕਈ ਵਾਰੀ ਜਦੋਂ ਆਪਾਂ ਸਾਡੇ ਦਰਸ਼ਕ ਮਤਲਬ ਇਹ ਜਾਣਨਾ ਚਾਹੁੰਦੇ ਹੁੰਦੇ ਆਪਣੇ ਮਹਿਬੂਬ ਕਲਾਕਾਰ ਬਾਰੇ ਕਿ ਵੀ ਇੰਨੇ ਲੰਬੇ ਸਫ਼ਰ ਦੇ ਵਿੱਚ ਬਹੁਤ ਸਾਰੀਆਂ ਨਾ ਖੱਟੀਆਂ ਮਿੱਠੀਆਂ ਯਾਦਾਂ ਹੁੰਦੀਆਂ ਨੇ, ਜਦੋਂ ਤੁਸੀਂ ਕਈ ਵਾਰੀ ਰਿਫਿਊਜ਼ ਕਰ ਦਿੱਤੇ ਜਾਂਦੇ ਹੋ, ਜਾਂ ਤੁਸੀਂ ਯਤਨ ਕਰਦੇ ਹੋ, ਪੌੜੀ ਤਾਂ ਚੜ੍ਹਦੇ ਹੋ, ਫਿਰ ਪਿੱਛੇ ਡਿੱਗਦੇ ਹੋ। ਮੈਂ ਮੇਰੇ ਯਾਦ ਹੈ ਜੀ, ਇੱਕ ਵਾਰੀ ਮੈਂ ਅਸੀਂ ਸੀਰੀਅਲ ਕਰਦੇ ਸੀ ਤਾਂ ਮੈਨੂੰ ਇਹ ਮੈਨੂੰ ਫੋਨ ਆਇਆ ਸੀ, ਫੋਨ ਵੀ ਨਹੀਂ ਹੁੰਦਾ ਸੀ, ਫੋਨ ਵੀ ਗੁਆਂਢੀਆਂ ਦੇ ਘਰੇ ਸੀਗਾ, ਤਾਂ ਫੋਨ ਆਇਆ ਸੀ ਕਿਉਂਕਿ ਮੈਂ ਉਦੋਂ ਥੋੜ੍ਹੇ ਟੀਵੀ 'ਤੇ ਕੰਮ ਕਰਨਾ ਸ਼ੁਰੂ ਕਰਤਾ ਸੀਗਾ। ਤਾਂ ਮੈਨੂੰ ਡਾਇਰੈਕਟਰ ਜਾਣਦੇ ਸੀ, ਕਹਿੰਦੇ ਤੇਰਾ ਫੋਨ ਆਇਆ ਜਲੰਧਰ ਤੋਂ। ਮੈਂ ਫਟਾਫਟ ਭੱਜ ਕੇ ਗਿਆ, ਉਹਨਾਂ ਨੇ 5 ਮਿੰਟ ਬਾਅਦ ਕਰਾਂਗੇ, ਮੈਂ ਵੇਟ ਕਰਦਾ ਰਿਹਾ। 15 ਮਿੰਟ ਬਾਅਦ ਫੋਨ ਆਇਆ, ਉਹਨਾਂ ਨੇ ਚਾਹ ਵੀ, ਕਿਉਂਕਿ ਆਪਣੇ ਪਿੰਡਾਂ 'ਚ ਹੁੰਦਾ ਵੀ ਚਾਹ ਵੀ ਬਣਾ ਲਓ, ਉਹਨਾਂ ਚਿਰ ਚੱਲ ਬੈਠਾ ਹੋਣਾ ਜੀ। ਚਾਹ ਬਣਾਈ, ਨਾਲ ਹੀ ਫੋਨ ਆਇਆ, ਮੈਂ ਕਿਹਾ ਸਤਿ ਸ਼੍ਰੀ ਅਕਾਲ ਜੀ, ਇੱਕ ਮੈਂ ਉਹਨਾਂ ਦਾ ਨਾਂ ਨਹੀਂ ਲੈਂਦਾ ਡਾਇਰੈਕਟਰ ਸਾਹਿਬ ਦਾ। ਕਹਿੰਦੇ ਆਪਣਾ ਸੀਰੀਅਲ ਆ, ਮੈਂ ਕਿਹਾ ਹਾਂਜੀ ਹਾਂਜੀ ਸਰ, ਦੱਸੋ ਜੀ ਮੈਂ। ਕਹਿੰਦੇ ਕੱਲ੍ਹ ਆ ਜਾਏਗਾ, ਮੈਂ ਕਿਹਾ ਮੈਂ ਤਾਂ ਹੁਣੀ ਆ ਜਾਂਦਾ, ਦੱਸੋ ਹੁਕਮ ਕਰੋ। ਤੇਰੇ ਕੋਲ ਕੋਟ ਪੈਂਟ ਹੈਗਾ? ਮੈਂ ਥੋੜ੍ਹਾ ਜਿਹਾ ਪੌਜ ਆਇਆ ਜੀ, ਮੈਂ ਕਿਹਾ ਕੋਟ ਪੈਂਟ ਤਾਂ ਹੈ ਨਹੀਂ ਜੀ। ਕਹਿੰਦੇ ਚੱਲ ਫਿਰ ਕਰਦੇ ਆ ਤੈਨੂੰ ਵਾਪਸ ਫੋਨ। ਔਰ ਉਹ ਫੋਨ ਕਦੇ ਵੀ ਨਹੀਂ ਆਇਆ ਵਾਪਸ ਮੁੜ ਕੇ, ਕਿਉਂਕਿ ਮੈਨੂੰ ਕੰਮ ਨਹੀਂ, ਮੇਰੇ ਕੋਟ ਪੈਂਟ ਨੂੰ ਕੰਮ ਮਿਲਣਾ ਸੀਗਾ। ਔਰ ਸਿੱਧੀ ਸਹੀ ਗੱਲ ਦੱਸਦਾ ਜੀ, ਮੈਂ ਐਕਚੁਅਲੀ ਜਦੋਂ ਨਾ ਆਪਣੇ ਹੁਣ ਜਿੰਨੇ ਮਰਜ਼ੀ ਪੈਸੇ ਮਿਲਦੇ ਹੋਣ, ਜਿੰਨੀ ਮਰਜ਼ੀ ਸ਼ੋਹਰਤ ਹੋ ਗਈ, ਪਰ ਜਦੋਂ ਤੁਸੀਂ ਆਪਣੇ ਸਭ ਤੋਂ ਘੱਟ ਪੈਸਿਆਂ ਨਾਲ ਆਪਦਾ ਸੰਤੁਲਨ ਆਪਣਾ ਉਹ ਮੇਚਾ ਲਾਓਗੇ, ਵੀ ਸੋਚੋਗੇ ਵੀ ਹਾਂ ਮੈਨੂੰ ਹੁਣ ਜਿੰਨਾ ਮਰਜ਼ੀ ਪੈਸਾ ਮਿਲਦਾ ਹੋਵੇ, ਜੋ 750 ਇੱਕ ਵਾਰੀ ਪਹਿਲੀ ਵਾਰੀ ਮਿਲਿਆ ਸੀ, ਜਦੋਂ ਉਹਦੇ ਨਾਲ ਤੁਲਨਾ ਕਰਦੇ ਹੋ ਤੁਸੀਂ ਅੱਜ ਵਾਲੇ ਪੈਸਿਆਂ ਨੂੰ, ਜੇ ਤੁਸੀਂ ਇੱਕ ਵਾਰੀ ਟਾਰਗੇਟ ਰੱਖ ਲਿਆ ਅੱਜ ਦਾ, ਇੱਕ ਦਿਨ ਦਾ 1 ਲੱਖ ਰੁਪਇਆ ਮਿਲਿਆ ਸਮਝੋ, ਤਾਂ ਉਦਣ ਜਿੱਦਣ 90,000 ਮਿਲਿਆ ਨਾ, ਤੁਹਾਨੂੰ ਤੁਸੀਂ ਡਿਸਪੁਆਇੰਟ ਹੋਵੋਗੇ।
ਠੀਕ ਹੈ ਜੀ ਬਹੁਤ ਹੀ ਕੀਤੇ ਕਿਉਂਕਿ ਕਰੈਕਟਰ ਹੀ ਮਹੱਤਵਪੂਰਨ ਦਾ ਕਰੈਕਟਰ ਹੈ ਪੈਸਾ ਮਹੱਤਵਪੂਰਨ ਨਹੀਂ ਹੈਗਾ ਕਿਉਂਕਿ ਇੱਕ ਕਰੈਕਟਰ ਦੇ ਵਿੱਚੋਂ ਮੈਨੂੰ 10 ਹੋਰ ਫਿਲਮਾਂ ਮਿਲ ਜਾਣੀਆਂ ਨੇ ਜੇ ਮੈਂ ਵਧੀਆ ਕਰੂੰਗਾ ਜੀ ਜੀ ਤਾਂ ਉਹ ਪਰ ਇਹਨਾਂ ਜ਼ਰੂਰ ਦੇਖ ਲਈਦਾ ਉਹਦਾ ਫਿਲਮਾਂਕਣ ਕੌਣ ਕਰੂਗਾ ਉਹਦਾ ਡਾਇਰੈਕਟਰ ਕੌਣ ਹੈ ਪ੍ਰੋਡਿਊਸਰ ਕੌਣ ਹੈ ਵੀ ਆਲੇ ਦੁਆਲੇ ਫਿਲਮ ਤਾਂ ਵਧੀਆ ਬਣਾਊਗਾ ਇਕੱਲਾ ਮੇਰਾ ਕਰੈਕਟਰ ਹੀ ਵਧੀਆ ਨਾ ਹੋਵੇ ਫਿਲਮ ਇੰਨਾ ਚੱਲੇ ਉਹਦਾ ਕੀ ਬਿਲਕੁਲ ਠੀਕ ਹਾਂ ਫਿਲਮ ਬਣਾਉਣ ਜੋਗੇ ਉਹਦੇ ਕੋਲ ਪੈਸੇ ਜ਼ਰੂਰ ਹੋਣੇ ਚਾਹੀਦੇ ਜੀ ਫਿਲਮ ਬਹੁਤ ਸੋਹਣੀ ਬਣਾ ਲੂਗਾ ਜੀ 5 ਕੁ ਵਾਰੇ ਪਹਿਲਾਂ ਇੱਥੇ ਇੱਕ ਅਵਾਰਡ ਫੰਕਸ਼ਨ ਹੋਇਆ ਸੀ ਜਿਹਦੇ ਵਿੱਚ ਤੁਸੀਂ ਕਪਿਲ ਸ਼ਰਮਾ ਔਰ ਸੋਨੂ ਸੂਦ ਉਹਨਾਂ ਦੇ ਨਾਲ ਵੀ ਮੇਰੇ ਖਿਆਲ ਨਾਲ ਸਟੇਜ ਦੇ ਉੱਪਰ ਕਾਮੇਡੀ ਕੀਤੀ ਸੀ ਤੁਹਾਨੂੰ ਕਈ ਵਾਰੀ ਮਨ ਦੇ ਵਿੱਚ ਨਹੀਂ ਆਇਆ ਕਿ ਮੈਂ ਵੀ ਬੰਬੇ ਜਾਵਾਂ ਜਾਂ ਜਿਸ ਤਰੀਕੇ ਨਾਲ ਉੱਥੇ ਸਟੈਂਡ ਅਪ ਕਾਮੇਡੀ ਨੇ ਸਟੈਬਲਿਸ਼ ਹੋਏ ਨੇ ਕਿ ਉੱਥੇ ਜਾ ਕੇ ਮੈਂ ਥੋੜ੍ਹੀ ਜਿਹੀ ਹੋਰ ਉੱਚੀ ਉਡਾਰੀ ਮਾਰਾਂ ਹਾਲਾਂਕਿ ਤੁਸੀਂ ਇੱਥੇ ਸੁਪਰ ਸਟਾਰ ਹੋ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਪਰ ਫਿਰ ਵੀ ਕਈ ਵਾਰੀ ਜਿਹੜੇ ਸਾਡੇ ਪੰਜਾਬੀ ਕਲਾਕਾਰ ਉਹਨਾਂ ਦੇ ਮਨ ਵਿੱਚ ਬੰਬੇ ਜਾਣ ਦੀ ਇੱਕ ਖਾਹਿਸ਼ ਜੀ ਲੁਕਵੀ ਜੀ ਦੱਬੀ ਹੁੰਦੀ ਉਹਦੇ ਬਾਰੇ ਮੈਂ ਜਾਣਨਾ ਚਾਹੁੰਦਾ ਦੇਖੋ ਮੱਕਾ ਮਦੀਨਾ ਤਾਂ ਉਹੀ ਹੈ ਜੀ ਬਾਲੀਵੁੱਡ ਸਾਰੇ ਐਕਟਰ ਜਾਣਾ ਚਾਹੁੰਦੇ ਆ ਉੱਥੇ ਹਨਾ ਕਿਉਂਕਿ ਇੰਟਰਨੈਸ਼ਨਲ ਲੈਵਲ ਦਾ ਫੇਮ ਹੈ ਉੱਥੇ ਜੀ ਪਰ ਮੈਂ ਗੁਰਦਾਸ ਮਾਨ ਸਾਹਿਬ ਦੇ ਗਾਣੇ ਵਾਂਗੂ ਕਹਿਣਾ ਜੀ ਕਹਿੰਦੇ ਹਰ ਪੱਕੀ ਦੇਖ ਕੇ ਕੱਚੀ ਨਹੀਂ ਢਾਈ ਦੀ ਹੈ ਨਾ ਜੀ ਮੇਰੀ ਕੱਚੀ ਉਹ ਪੱਕੀ ਵਰਗੀ ਹੈ ਇੱਥੇ ਇੰਨਾ ਮਾਣ ਬਿਲਕੁਲ ਠੀਕ ਹੈ ਸਰਕਾਰ ਇੰਨਾ ਸਭ ਨੇ ਮੈਨੂੰ ਪਿਆਰ ਦਿੱਤਾ ਹੈ ਨਾ ਜੀ ਜਿੱਥੇ ਜਿੱਥੇ ਵੀ ਸਾਡੇ ਤਮਾਮ ਦੁਨੀਆ ਦੇ ਵਿੱਚ ਪੰਜਾਬੀ ਭੈਣ ਭਰਾ ਵਸਦੇ ਸਾਰਿਆਂ ਨੇ ਇੰਨਾ ਪਿਆਰ ਦਿੱਤਾ ਹੈ ਹਾਂ ਉਹ ਮਾਸੀ ਹੈ ਮਾਸੀ ਦੇ ਘਰੇ ਵੀ ਕਈ ਗੇੜਾ ਮਾਰ ਲੈਣਾ ਚਾਹੀਦਾ ਜਿਵੇਂ ਛੁੱਟੀਆਂ ਛੱਟੀਆਂ 'ਚ ਬੰਦਾ ਗੇੜਾ ਮਾਰਿਆ ਹੁੰਦਾ ਜੀ ਤਾਂ ਜੀ ਉੱਥੇ ਕੋਈ ਵਧੀਆ ਕੰਮ ਹੋਇਆ ਤਾਂ ਜ਼ਰੂਰ ਕਰੂੰਗਾ ਜੀ ਕਦੇ ਪਰ ਐਂ ਵੀ ਮੈਂ ਆਪਦੇ ਇਹਦੇ ਸਟੇਜ 'ਤੇ ਨਹੀਂ ਕਰਦਾ ਵੀ ਆਪਦੀ ਪੰਜਾਬੀ ਜ਼ੁਬਾਨ ਦੇ ਵਿੱਚ ਮੈਨੂੰ ਕੰਮ ਵਧੀਆ ਮਿਲਦਾ ਜਿਹੜਾ ਇੰਨਾ ਸਤਿਕਾਰ ਇੰਨਾ ਪਿਆਰ ਦਿੱਤਾ ਮੈਂ ਉਹਨੂੰ ਛੱਡ ਕੇ ਉੱਥੇ ਜਾਵਾਂ ਉਹ ਨਹੀਂ ਹੋ ਸਕਦਾ ਜੀ ਸੋ ਆਉਣ ਵਾਲੇ ਦਿਨਾਂ 'ਚ ਜਿਹੜੀਆਂ ਤੁਹਾਡੀਆਂ ਹੋਰ ਫਿਲਮਾਂ ਆਉਣਗੀਆਂ ਤੁਸੀਂ ਹੁਣ ਪੱਕਾ ਧਾਰਿਆ ਹੀ ਹੈ ਕਿ ਵੀ ਮੈਂ ਹੁਣ ਹੀਰੋ ਬਣਨਾ ਕਿ ਲੇਕਿਨ ਜੇ ਤੁਹਾਨੂੰ ਨਾਲ ਦੀ ਨਾਲ ਕੰਪੈਰੀਜ਼ਨ ਨਹੀਂ ਹੁਣ ਮੇਰੀਆਂ ਆਹੀ ਫਿਲਮਾਂ ਹੀ ਨੇ ਉਹਦੇ ਵਿੱਚ ਹੀ ਮਤਲਬ ਵੱਖੋ ਵੱਖ ਰੰਗ ਨੇ ਇਨ ਬਿਟਵੀਨ ਨਾ ਨਹੀਂ ਇਨ ਬਿਟਵੀਨ ਮੇਰੀ ਆਈ ਸੀਗੀ ਜਿਵੇਂ ਕੈਰੀ ਜੱਟ ਮੇਰੀ ਫਿਲਮ ਮੈਂ ਹੀਰੋ ਨਹੀਂ ਸੀਗਾ ਪਰ ਉਹਦੇ ਵਿੱਚ ਮੇਨ ਕਰੈਕਟਰ ਸੀਗਾ ਉਸ ਤੋਂ ਬਾਅਦ ਮਰ ਗਏ ਲੋਕੋ ਗਿੱਪੀ ਗਰੇਵਾਲ ਬਿਲਕੁਲ ਠੀਕ ਹੈ ਜੀ ਉਹਦੇ ਚ ਮੇਰਾ ਵੱਖਰਾ ਕਰੈਕਟਰ ਸੀਗਾ ਵਿਲਨ ਦਾ ਜੀ ਨਾਲ ਨਾਲ ਜਿਹੜੇ ਕਰੈਕਟਰ ਵਧੀਆ ਮਿਲਦੇ ਮੈਂ ਕਹੀ ਜਾਣਾ ਜੀ ਇਹ ਨਹੀਂ ਜ਼ਰੂਰੀ ਹੈ ਬਿਲਕੁਲ ਠੀਕ ਹੈ ਤੁਹਾਡੀ ਗੱਲ ਤੇ ਪ੍ਰੋਗਰਾਮ ਦਾ ਸਮਾਂ ਹੁਣ ਲਗਭਗ ਸਮਾਪਤੀ ਵਾਲਾ ਹੈ ਤੇ ਅਖੀਰ ਦੇ ਵਿੱਚ ਆਉਣ ਵਾਲੀ ਫਿਲਮ ਜਿਹੜੀ 15 ਮਾਰਚ ਨੂੰ ਰਿਲੀਜ਼ ਹੋ ਰਹੀ ਆ ਤੇ ਮੈਂ ਤੇ ਆਪਣੇ ਸਾਰੇ ਜਿਹੜੇ ਪ੍ਰਾਈਮ ਏਸ਼ੀਆ ਟੀਵੀ ਵੇਖਣ ਵਾਲੇ ਦਰਸ਼ਕ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਬੀਨੂ ਢਿੱਲੋਂ ਹੁਣਾਂ ਦੀ ਜਿਹੜੀ ਹੈਗੀ ਅਦਾਕਾਰੀ ਤੇ ਤੁਹਾਨੂੰ ਕੋਈ ਸ਼ੱਕ ਨਹੀਂ ਕਹਿਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਵੀ ਕਿੰਨੀ ਪੁਖਤਾ ਹੁੰਦੀ ਹੈ ਮਜ਼ਾ ਆ ਜਾਂਦਾ ਦੇਖ ਕੇ ਜਦੋਂ ਸਕਰੀਨ ਦੇ ਉੱਪਰ ਆਉਂਦੇ ਨੇ ਸੋ 15 ਮਾਰਚ ਉਹਨਾਂ ਦੀ ਫਿਲਮ ਬੈਂਡ ਵਾਜਾ ਜਿਹੜੀ ਰਿਲੀਜ਼ ਹੋ ਰਹੀ ਹੈ ਤੁਸੀਂ ਜਾਓ ਜੀ ਖਾਸ ਤੌਰ ਦੇ ਉੱਪਰ ਥੀਏਟਰ ਦੇ ਵਿੱਚ ਦੇਖ ਕੇ ਆਓ ਔਰ ਪਾਇਰੇਸੀ ਤੋਂ ਜਿਹੜਾ ਇਹ ਗੁਰੇਜ਼ ਕਰੋ ਅਤੇ ਕੁਛ ਗੱਲਾਂ ਬੈਂਡ ਵਾਜਾ ਬਾਰੇ ਹੋਰ ਜਾਣਦੇ ਹਾਂ ਅਖੀਰ ਦੇ ਵਿੱਚ ਕੁਛ ਕਹਿਣਾ ਚਾਹੋ ਜੀ ਬਸ ਜੀ ਮੈਂ ਤਾਂ ਬੇਨਤੀ ਉਹ ਕਰਨੀ ਆਪ ਸਭ ਦੇ ਚਰਨਾਂ ਦੇ ਵਿੱਚ ਜੀ ਸਾਡੀ ਫਿਲਮ ਆਉਣੀ ਹੈ ਜੀ ਬੈਂਡ ਵਾਜੇ 15 ਮਾਰਚ ਨੂੰ ਅਤੇ ਪੂਰੀ ਸਟ੍ਰੈਸ ਬਸਟਰ ਫੈਮਿਲੀ ਮੂਵੀ ਹੈ ਜੀ ਤੁਸੀਂ ਸਾਰੇ ਜਾ ਕੇ ਪੂਰਾ ਫੈਮਿਲੀ ਦੇ ਵਿੱਚ ਇਹ ਮੂਵੀ ਇੰਜੋਏ ਕਰੋ 2 ਘੰਟੇ 10 ਮਿੰਟ ਦੀ ਮੂਵੀ ਹੈ ਜੀ ਔਰ ਫੁੱਲ ਔਨ ਤੁਸੀਂ ਮੂਵੀ ਦਾ ਇੰਜੋਏ ਕਰਕੇ ਵਾਪਸ ਮੁੜੋਗੇ ਔਰ ਕਿਸੇ ਪਾਸੋਂ ਵੀ ਨਿਰਾਸ਼ ਨਹੀਂ ਵਾਪਸ ਮੁੜੋਗੇ ਜਿੱਥੇ ਵੀ ਪੰਜਾਬੀ ਫਿਲਮ ਇੰਡਸਟਰੀ ਆਪ ਸਭ ਦੀ ਬਦੌਲਤ ਹੈ ਜਿੱਥੇ ਮੈਂ ਹਾਂ ਆਪ ਸਭ ਦੀ ਬਦੌਲਤ ਹੈ ਜੀ ਇੱਦਾਂ ਹੀ ਆਪਦਾ ਪਿਆਰ ਮੇਰੇ ਨਾਲ ਬਣਾ ਕੇ ਰੱਖੋ ਆਪਦੀਆਂ ਬਲੈਸਿੰਗਸ ਮੇਰੇ ਨਾਲ ਰੱਖੋ ਤੁਹਾਨੂੰ ਡਿਸਪੋਇੰਟ ਨਹੀਂ ਕਰਾਂਗੇ 15 ਮਾਰਚ ਨੂੰ ਸਿਨੇਮਾ ਘਰ ਭਰ ਦਿਓ ਕਿਉਂਕਿ ਪਿਛਲੇ ਵਾਰੀ ਵੀ ਤੁਸੀਂ ਮੇਰੇ ਕਹਿਣ 'ਤੇ ਕਾਲਾ ਸ਼ਾਹ ਕਾਲਾ ਦੇਖੀ ਸੀ ਉਸ ਤਰ੍ਹਾਂ ਹੀ ਮੇਰੇ 'ਤੇ ਬਿਲੀਵ ਕਰੋ ਉਹਨੂੰ ਤੁਸੀਂ ਇੰਨਾ ਪਿਆਰ ਦਿੱਤਾ ਮੇਰਾ ਕਣ ਕਣ ਤੁਹਾਡਾ ਰਿਣੀ ਹੈ ਜੀ ਅਤੇ ਬੈਂਡ ਵਾਜੇ ਜਾ ਕੇ ਜ਼ਰੂਰ ਦੇਖ ਕੇ ਆਓ ਕਿਸੇ ਪਾਸੋਂ ਡਿਸਪੋਇੰਟ ਨਹੀਂ ਹੋਵੋਗੇ ਸੰਗਤ 'ਤੇ ਆ ਕੇ ਹੋਰ ਬੰਦਿਆਂ ਨੂੰ ਨਾਲ ਦੇ ਕੇ ਜਾ ਕੇ ਤੁਸੀਂ ਦੁਬਾਰਾ ਇਹ ਫਿਲਮ ਦੇਖੋਗੇ ਜੀ ਬੈਂਡ ਵਾਜੇ ਜਿਉਂਦੇ ਰਹੋ ਵਾਹਿਗੁਰੂ ਤੁਹਾਨੂੰ ਚੜ੍ਹਦੀਆਂ ਕਲਾ ਚ ਰੱਖਣ ਥੈਂਕ ਯੂ ਸੋ ਮੱਚ ਥੈਂਕ ਯੂ ਮਿਹਰਬਾਨੀ ਭਾਈ ਸ਼ੁਕਰੀਆ ਜੀ ਬੀਨੂ ਢਿੱਲੋਂ ਉਹਨਾਂ ਦੇ ਨਾਲ ਇਹ ਮੁਲਾਕਾਤ ਜਿਹੜੀ ਉਮੀਦ ਕਰਦਾ ਤੁਹਾਨੂੰ ਪਸੰਦ ਆਈ ਹੋਵੇਗੀ ਅਤੇ ਸੋ ਇੱਕ ਵਾਰੀ ਮੇਰੇ ਵੱਲੋਂ ਵੀ ਇਹ ਗੁਜ਼ਾਰਿਸ਼ ਹੈ ਕਿ ਤੁਸੀਂ 15 ਮਾਰਚ ਨੂੰ ਬੈਂਡ ਵਾਜੇ ਜਿਹੜੀ ਉਹ ਫਿਲਮ ਸਿਨੇਮਾਘਰਾਂ ਦੇ ਵਿੱਚ ਜਾ ਕੇ ਜ਼ਰੂਰ ਵੇਖ ਕੇ ਆਉਣਾ ਸੋ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ ਮੈਨੂੰ ਦਿਓ ਇਜਾਜ਼ਤ ਅਤੇ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ